ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ। ਤੇ ਦੋਸਤੋ, ਜਿਹੜਾ ਕੱਲ ਤੁਸੀਂ ਕੱਲ ਨਹੀਂ ਜਿਹੜਾ ਪਹਿਲਾਂ ਵਲੌਗ ਅਪਲੋਡ ਕੀਤਾ ਸੀਗਾ ਇਸ ਤੋਂ ਪਹਿਲਾਂ, ਤੇ ਉਹ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਫਲੋਰੀਡਾ ਆਏ ਹੋਏ ਹਾਂ ਛੱਲੀਆਂ ਦਾ ਲੋਡ ਲੈ ਕੇ। ਸੋ ਆਪਾਂ ਫਲੋਰੀਡਾ ਤੋਂ ਅੱਜ ਪਿਕਅਪ ਕਰਨ ਲੱਗੇ ਹਾਂ, ਸੇਮ ਡੌਕ ਤੋਂ ਸੇਮ ਜਗ੍ਹਾ ਤੋਂ ਪਿਕਅਪ ਕਰਨ ਲੱਗੇ ਹਾਂ ਤੇ ਜਾਣਾ ਜੀ ਕੈਨੇਡਾ। ਸੋ ਦੇਖਦੇ ਹੁਣ ਕਿੰਨਾ ਟਾਈਮ ਲਾਉਂਦੇ ਆ ਕਰਨ ਲੱਗੇ ਹਾਂ ਲੋਡ, ਕਿਉਂਕਿ ਕੱਲ੍ਹ ਮੈਂ ਲਾਇਆ ਸੀਗਾ ਲੋਡ ਇੱਥੇ, ਤੇ ਮੈਂ ਫਿਰ ਜਾ ਕੇ ਲਾਗੇ ਪੰਪ ਤੇ ਸੌਂ ਗਿਆ ਰਾਤੀ, ਤੇ ਸਵੇਰੇ ਮੈਨੂੰ ਕੰਪਨੀ ਨੇ ਕਿਹਾ ਕਿ ਸੇਮ ਜਗ੍ਹਾ ਚੱਲ ਜਾ, ਉੱਥੇ ਲੋਡ ਮਿਲਣਾ ਆਪਾਂ ਨੂੰ ਵਾਪਸੀ ਦਾ। ਸੋ ਸੇਮ ਜਗ੍ਹਾ ਫਿਰ ਦੁਬਾਰਾ ਆਇਆ, 20 ਮਿੰਟ ਦਾ ਰਸਤਾ ਸੀਗਾ ਉੱਥੋਂ, ਤੇ ਹੁਣ ਇੱਥੋਂ ਮੈਂ ਛੱਲੀਆਂ ਦਾ ਲੋਡ ਫਿਰ ਛੱਲੀਆਂ ਹੀ ਆ, ਪਤਾ ਨਹੀਂ ਕੀ ਆ, ਮੇਰੇ ਖਿਆਲ ਨਾਲ ਛੱਲੀਆਂ ਹੀ ਹੋਣਗੀਆਂ ਕਿਉਂਕਿ ਇਹ ਸਾਰਾ ਫਾਰਮ ਮੈਨੂੰ ਲਾਗੇ ਜਾ ਕੇ ਸਾਰੀਆਂ ਛੱਲੀਆਂ ਦਿਖ ਰਹੀਆਂ ਇੱਥੋਂ। ਤੇ ਛੱਲੀਆਂ ਦਾ ਲੋਡ ਚੱਕ ਕੇ ਆਪਾਂ ਕੈਨੇਡਾ ਲੈ ਕੇ ਜਾਵਾਂਗੇ, ਕੋਸਕੋ ਨੂੰ ਦੇਣਾ ਲੋਡ ਆ ਜਾ ਕੇ ਆਪਾਂ, ਤੇ ਫਰਾਈਡੇ ਲਾਉਣਾ ਲੋਡ। ਅੱਜ ਹੈਗਾ ਜੀ ਵੈਡਨਸਡੇ, 2-2.5 ਦਿਨ ਦੀ ਡਰਾਈਵ ਆ, ਇੱਕ ਡਰਾਈਵ ਅੱਜ ਕਰਾਂਗੇ, ਇੱਕ ਡਰਾਈਵ ਕੱਲ੍ਹ, ਅਤੇ ਜਿਹੜਾ ਜਦੋਂ ਫਰਾਈਡੇ ਆਇਆ ਫਰਾਈਡੇ ਅੱਧੀ ਡਰਾਈਵ ਉਦੋਂ ਕਰ ਲਾਂਗੇ, ਉੱਦਣ ਆਪਾਂ ਡਿਲੀਵਰ ਕਰ ਦੇਣਾ ਲੋਡ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਨਾਲ। ਅਤੇ ਉਹ ਜਿਹੜੀ ਉਹ ਡੌਗ ਆਪਾਂ ਲਾ ਦਿੱਤਾ ਹੈ ਨਾ, ਬੈਗ ਲਾ ਤਾ, ਅਤੇ ਉਹ ਆਪਣੀ ਲਾਈਟ ਜਗ ਰਹੀ ਆ ਗ੍ਰੀਨ ਗ੍ਰੀਨ ਨਾਲ, ਮਤਲਬ ਕਿ ਆਪਣਾ ਰਿਵਰ ਜਿਹੜਾ ਆਉਣਾ 34°34 ਫੈਰਨਹਾਈਟ 'ਤੇ ਆਪਾਂ ਲਗਾਇਆ ਹੋਇਆ ਇਹਨੂੰ ਟੈਂਪਰੇਚਰ ਨੂੰ। ਅਤੇ ਤੁਸੀਂ ਦੇਖ ਸਕਦੇ ਜੇ ਇੱਧਰ ਵੀ ਥੋੜ੍ਹੀ ਜਗ੍ਹਾ, ਇੱਧਰ ਵੀ ਥੋੜ੍ਹੀ ਜਗ੍ਹਾ, ਅਤੇ ਇੱਥੇ ਬਹੁਤ ਈਜ਼ੀ ਆ ਬੈਕ ਲਾਉਣੀ। ਆਪਾਂ ਪਹਿਲਾਂ ਇੱਧਰੋਂ ਟਰੱਕ ਲੈ ਕੇ ਆਏ ਸੀਗੇ, ਟਰੱਕ ਲੈ ਕੇ ਉਹ ਸਿੱਧਾ ਕਰ ਦੇਣਾ ਟਰੱਕ, ਅਤੇ ਸਿੱਧਾ ਸਿੱਧਾ ਬੈਕ ਆ ਜਾਣਾ। ਸੋ ਬਹੁਤ ਈਜ਼ੀ ਆ ਬੈਕ ਲਾਉਣੀ, ਕੋਈ ਜ਼ਿਆਦਾ ਪੰਗਾ ਨਹੀਂ ਕਰਨਾ ਪੈਂਦਾ। ਅਗਰ ਆਪਾਂ ਇੱਥੇ ਬੈਕ ਲਾਉਣਾ ਹੋਵੇ ਫਿਰ ਆਪਾਂ ਇੱਦਾਂ ਕਰਾਂਗੇ, ਉੱਧਰੋਂ ਐਨੂੰ ਟਰੱਕ ਲੈ ਕੇ ਆ ਕੇ ਫਿਰ ਉਹਨੂੰ ਘੁਮਾ ਕੇ ਲੈ ਜਾਵਾਂਗੇ ਉੱਧਰ ਨੂੰ ਘੁਮਾ ਕੇ ਉੱਧਰ ਨੂੰ ਸਿੱਧਾ ਕਰ ਲਾਂਗੇ, ਅਤੇ ਉੱਥੋਂ ਫਿਰ ਬੈਕ ਜਿੱਧਰ ਵੀ ਆਪਾਂ ਲਾਉਣੀ ਆ ਇੱਧਰ ਆਪਾਂ ਬੈਕ ਲਾ ਸਕਦੇ ਹਾਂ। ਸੋ ਬਹੁਤ ਈਜ਼ੀ ਆ, ਬੜੇ ਵਧੀਆ ਤਰੀਕੇ ਆ, ਬਸ ਬੰਦੇ ਨਾਲ ਬੰਦਾ ਕਨਫਿਊਜ਼ ਨਹੀਂ ਹੋਣਾ ਚਾਹੀਦਾ, ਦਿਮਾਗ ਦੇ ਵਿੱਚ ਸੋਚ ਲਏ ਕਿ ਕਿੱਧਰ ਨੂੰ ਆਪਾਂ ਸਟੀਅਰਿੰਗ ਲੈਫਟ ਨੂੰ ਮੋੜਨਾ ਜਾਂ ਰਾਈਟ ਨੂੰ ਮੋੜਨਾ, ਬਸ ਇਹ ਆਈਡੀਆ ਲਾ ਲਏ। ਜੇ ਆਪਾਂ ਰਾਈਟ ਨੂੰ ਮੋੜਾਂਗੇ ਤਾਂ ਆਪਣਾ ਟ੍ਰੇਲਰ ਲੈਫਟ ਨੂੰ ਜਾਊਗਾ, ਜੇ ਆਪਾਂ ਲੈਫਟ ਨੂੰ ਮੋੜਾਂਗੇ ਤਾਂ ਆਪਣਾ ਟ੍ਰੇਲਰ ਰਾਈਟ ਨੂੰ ਜਾਊਗਾ। ਸੋ ਬੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ, ਕੂਲ ਮਾਈਂਡ ਹੋ ਕੇ ਬੈਕ ਲਾਵੇ ਬੰਦਾ, ਕੋਈ ਚੱਕਰ ਨੂੰ ਰਾਈਟ ਦੀ ਔਖੀ ਬੈਕ ਨਹੀਂ ਆ, ਬਹੁਤ ਵਧੀਆ ਤਰੀਕੇ ਨਾਲ ਬੰਦਾ ਬੈਕ ਲਾ ਸਕਦਾ। ਅਤੇ ਪਹਿਲਾਂ ਸਟਾਰਟਿੰਗ 'ਚ ਮੈਨੂੰ ਵੀ ਕਨਫਿਊਜ਼ਨ ਹੁੰਦੀ ਸੀਗੀ, ਬਟ ਫਿਰ ਮੈਂ ਸਿੱਖ ਗਿਆ, ਦਿਮਾਗ 'ਚ ਗੱਲਾਂ ਬਹਿਣ ਲੱਗ ਪਈਆਂ ਕਿ ਜਿਵੇਂ ਆਪਾਂ ਗੱਡੀ ਦੀ ਰੇਸ ਦੇਈ ਦੀ ਹੈ ਨਾ, ਆਪਾਂ ਨੂੰ ਪਤਾ ਲੱਗ ਜਾਂਦਾ ਕਿੰਨੀ ਰੇਸ ਦੇਣੀ ਚਾਹੀਦੀ, ਕਦੋਂ ਬ੍ਰੇਕ ਲੱਗਣੀ ਚਾਹੀਦੀ, ਆਟੋਮੈਟਿਕ ਆਪਾਂ ਬ੍ਰੇਕ ਲੱਗ ਜਾਂਦੀ ਆ ਹੈ ਨਾ, ਜਦੋਂ ਆਪਾਂ ਨੂੰ ਆਪਣੇ ਦਿਮਾਗ 'ਚ ਗੱਲ ਆ ਜੇ, ਆਪਾਂ ਸੋਚਦੇ ਵੀ ਨਹੀਂ ਜ਼ਿਆਦਾ ਕਿ ਬ੍ਰੇਕ ਕਦੋਂ ਲਾਉਣੀ ਆ। ਸੋ ਇੱਦਾਂ ਫਿਰ ਬੈਕ ਦਾ ਬਣ ਜਾਂਦਾ ਚੱਕਰ ਜਦੋਂ ਆਪਾਂ ਬੈਕ ਲਾਉਣੀ ਹੁੰਦੀ ਆ, ਜਿੱਦਾਂ ਮੈਂ ਸਿੱਧਾ ਲੈ ਕੇ ਗਿਆ ਟਰੱਕ ਹੈ ਨਾ, ਅਤੇ ਬੈਕ ਲਿਆਉਣਾ, ਬਾਕੀ ਫਿਰ ਵੇਖ ਲਈਦਾ ਡੋਰ ਕਿੱਧਰ ਆ, ਜੇ ਆਪਾਂ ਨੂੰ ਲੱਗਦਾ ਕਿ ਇੱਧਰ ਜਗ੍ਹਾ ਬਚਦੀ ਆ ਡੋਰ 'ਤੇ, ਆਪਾਂ ਸਟੀਅਰਿੰਗ ਰਾਈਟ ਘੁੰਮਾ ਦਈਦਾ, ਫਿਰ ਟ੍ਰੇਲਰ ਇਹਨੂੰ ਇੱਧਰਲੀ ਪਾਸੇ ਆ ਜਾਂਦਾ, ਲੈਫਟ ਦੀ ਸਾਈਡ 'ਤੇ ਆ ਜਾਂਦਾ, ਫਿਰ ਟ੍ਰੇਲਰ ਇੱਧਰ ਨੂੰ ਆਪਾਂ ਲੈ ਕੇ ਸਿੱਧਾ ਬੈਕ ਲਾ ਸਕਦੇ ਹਾਂ। ਸੋ ਥੋੜ੍ਹਾ ਥੋੜ੍ਹਾ ਸਟੀਅਰਿੰਗ ਘੁੰਮਾਉਣਾ ਪੈਂਦਾ, ਸੋ ਇਹ ਹੌਲੀ ਹੌਲੀ ਬੰਦਾ ਆਪੇ ਇੰਪਰੂਵ ਕਰ ਜਾਂਦਾ ਇਹ ਚੀਜ਼ਾਂ ਨੂੰ, ਅਤੇ ਇਕੱਲਾ ਹੀ ਬੰਦਾ ਇੰਪਰੂਵ ਕਰਦਾ ਜੇ ਕੋਈ ਦੱਸੇ, ਉਹ ਨਹੀਂ ਅਸਰ ਹੁੰਦਾ ਜਦੋਂ ਜਿੰਨਾ ਤੱਕ ਬੰਦਾ ਖੁਦ ਨਹੀਂ ਆਪ ਡਰਾਈਵ ਕਰਦਾ ਟਰੱਕ ਨੂੰ। ਛੱਲੀਆਂ ਦਾ ਲੋਡ ਚੱਕ ਕੇ ਹੁਣ ਆਪਾਂ ਜਾ ਰਹੇ ਹਾਂ ਜੀ ਆਪਣੇ ਕੈਨੇਡਾ ਨੂੰ ਵਾਪਸ, ਕੈਨੇਡਾ ਜਾ ਕੇ ਡਿਲੀਵਰ ਕਰਾਂਗੇ ਆਪਾਂ, ਜਾਂ ਜਾੜ ਦੇ ਵਿੱਚ ਲਾ ਦਾਂਗੇ, ਫਰਾਈਡੇ ਨੂੰ ਪਹੁੰਚਣਾ ਆਪਾਂ। ਅਤੇ ਇਹ ਜਿਹੜਾ ਰੋਡ ਆ ਇਹ ਹੈਗਾ ਜੀ ਪਿੰਡ ਵਾਲਾ ਰੋਡ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਗਲੀਆਂ ਹੁੰਦੀਆਂ ਹੈ ਨਾ, ਵੱਡੇ ਰੋਡ ਤੋਂ ਆਪਾਂ ਨਿੱਕੇ ਰੋਡ 'ਤੇ ਚੜ੍ਹਦੇ ਹਾਂ ਹੈ ਨਾ ਅੱਡੇ ਤੋਂ, ਅਤੇ ਉਹ ਗਲੀਆਂ ਵਾ, ਇਹ ਉਹ ਰੋਡ ਆ, ਇਹਦੇ ਦੇਖੋ ਤੁਸੀਂ ਕਿੰਨਾ ਸਾਫ਼ ਰੋਡ ਆ, ਆਲੇ ਦੁਆਲੇ ਸਾਰੇ ਪਾਸੇ ਘਾਹ ਹੀ ਘਾਹ ਆ, ਸਾਰੇ ਪਾਸੇ ਬਾਗ ਆ ਹੈ ਨਾ, ਜਾਂ ਜੰਗਲ ਆ ਜਾਂ ਬਾਗ ਆ। ਇੱਧਰ ਪਿੰਡਾਂ ਵੱਲ ਹੀ ਸਾਰੇ ਫਾਰਮ ਹੁੰਦੇ ਆ ਜਿੱਧਰੋਂ ਪਿਕਅਪ ਆ ਕਰੀਦੀਆਂ ਅਸੀਂ, ਅਤੇ ਬਹੁਤ ਵਧੀਆ ਏਰੀਆ, ਇੱਥੇ ਨਰਸਰੀਆਂ ਬਹੁਤ ਆ ਫਲੋਰੀਡਾ ਦੇ ਵਿੱਚ, ਇੱਥੇ ਬਗੀਚੇ ਬਹੁਤ ਆ। ਅਤੇ ਇੱਕ ਵਾਰ ਅਸੀਂ 5-6 ਪਿਕਅਪਾਂ ਕੀਤੀਆਂ ਸੀ ਫੁੱਲਾਂ ਦੀਆਂ, ਫਲਾਵਰ ਸੀਗੇ ਸਾਰੇ, ਟ੍ਰੇਲਰ ਦੇ ਵਿੱਚ ਲੋਡ ਕੀਤੇ ਅਸੀਂ, ਅਤੇ ਉਹ ਲੈ ਕੇ ਗਏ ਸੀਗੇ ਆਪਾਂ ਕੈਨੇਡਾ ਨੂੰ। ਅਤੇ ਅੱਜ ਆਪਾਂ ਲੈ ਕੇ ਜਾ ਰਹੇ ਹਾਂ ਛੱਲੀਆਂ, ਉੱਧਰੋਂ ਵੀ ਛੱਲੀਆਂ ਲਿਆਉਂਦੀਆਂ, ਜਿਨ੍ਹਾਂ ਨੇ ਪਿਛਲਾ ਵਲੋਗ ਨਹੀਂ ਦੇਖਿਆ ਪਿਛਲਾ ਵਲੋਗ ਜ਼ਰੂਰ ਦੇਖੋ, ਸਾਰਾ ਵਲੋਗ ਦੇਖਣਾ, ਅਤੇ ਉਹਨਾਂ ਨੂੰ ਫਿਰ ਪਤਾ ਲੱਗ ਸਕੂਗਾ ਕਿ ਆਪਾਂ ਕਿਹੜੇ ਰੂਟ ਥਾਈਂ ਆਏ ਸੀਗੇ ਅਤੇ ਵਾਪਸ ਆਪਾਂ ਫਿਰ ਜਾ ਰਹੇ ਹਾਂ। ਅਤੇ ਇੱਕ ਹਿਸਾਬ ਦਾ ਇਹਨੂੰ ਦੂਜਾ ਪਾਰਟ ਸਮਝੋ, ਉਹਨੂੰ ਪਹਿਲਾ ਪਾਰਟ ਸਮਝੋ, ਠੀਕ ਆ ਦੋਸਤੋ। ਅਤੇ ਜਿਹੜਾ ਪਹਿਲਾ ਪਾਰਟ ਆ ਉਹਦਾ ਮੈਂ ਜਿਹੜਾ ਲਿੰਕ ਵਾ ਹੈ ਨਾ, ਉਹ ਆਈ ਬਟਨ ਦੇ ਵਿੱਚ ਦੇ ਦਾਂਗਾ, ਜਾਂ ਵੀਡੀਓ ਦੇ ਐਂਡ 'ਤੇ ਦੇ ਦਾਂਗਾ, ਤੁਸੀਂ ਚੈੱਕ ਕਰ ਲੈਣਾ, ਆਈ ਬਟਨ ਉੱਤੇ ਕੋਰਨਰ ਦੇ ਵਿੱਚ ਹੁੰਦਾ, ਕੋਰਨਰ 'ਤੇ ਤੁਸੀਂ ਕਲਿੱਕ ਕਰਕੇ ਅਤੇ ਪਹਿਲਾ ਪਾਰਟ ਦੇਖ ਸਕਦੇ ਜੇ, ਅਤੇ ਜਾਂ ਅਤੇ ਮੈਂ ਵੀਡੀਓ ਦੇ ਐਂਡ 'ਤੇ ਵੀ ਇਹਦਾ ਐਂਡ ਸਕਰੀਨ ਵੀ ਲਗਾ ਦੂੰਗਾ, ਅਤੇ ਤੁਸੀਂ ਦੇਖ ਲੈਣਾ ਪਹਿਲਾ ਪਾਰਟ ਅਤੇ ਫਿਰ ਇਸ ਪਾਰਟ ਨੂੰ ਦੇਖਣਾ। ਅਤੇ ਤੁਸੀਂ ਦੇਖ ਸਕਦੇ ਗਰਮੀ ਬਹੁਤ ਜ਼ਿਆਦਾ, 45° ਟੈਂਪਰੇਚਰ ਸੀਗਾ, ਮੇਰੇ ਟ੍ਰੇਲਰ ਦਾ ਜਿਹੜਾ ਡੋਰ ਵਾ ਨਾ ਉਹ ਥੋੜ੍ਹਾ ਖਰਾਬ ਸੀਗਾ, ਉਹ ਬੰਦ ਨਹੀਂ ਹੁੰਦਾ, ਉਹ ਨੀਵਾਂ ਥੱਲੇ ਨੂੰ ਉਹਦੇ ਜਦੋਂ ਲੋਕ ਲਾਈਦਾ ਲੋਕ ਨਹੀਂ ਲੱਗਦਾ, ਅਤੇ ਉਹ ਫੋਕ ਲਿਫਟ ਵਾਲੇ ਨੂੰ ਬੁਲਾਇਆ ਅਤੇ ਉਹਨੇ ਡੋਰ ਦੇ ਥੱਲੇ ਸਪੋਰਟ ਦਿੱਤੀ, ਥੋੜ੍ਹਾ ਤਾਣ ਚੱਕਿਆ, ਅਤੇ ਫਿਰ ਮੈਂ ਲੋਕ ਕੀਤਾ ਉਹਨੂੰ, ਅਤੇ ਬੜੇ ਪੰਗੇ। ਹੁਣ ਮੈਂ ਕੰਪਨੀ ਨੂੰ ਮੈਸੇਜ ਕਰ ਚੁੱਕਿਆ ਕਿ ਮੈਂ ਡੋਰ ਫਿਕਸ ਕਰਾਉਣਾ ਡਿਲੀਵਰੀ ਦੇ ਜਾਣ ਤੋਂ ਪਹਿਲਾਂ, ਕਿਉਂਕਿ ਜੇ ਮੈਂ ਡਿਲੀਵਰ ਕਰਤਾ ਲੋਡ ਅਤੇ ਬਾਅਦ ਵਿੱਚ ਡੋਰ ਬੰਦ ਕਰਨ ਦਾ
ਟਾਈਮ ਆਇਆ ਤਾਂ ਡੋਰ ਨਹੀਂ ਬੰਦ ਹੋਣਾ ਅਤੇ ਔਖਾ ਹੋ ਜਾਣਾ। ਇੱਥੇ ਤਾਂ ਚੰਗੇ ਬੰਦੇ ਸੀਗੇ ਕਿ ਬਾਹਰ ਹੀ ਤੁਰੇ ਫਿਰਦੇ ਸੀਗੇ ਫੋਕ ਲਿਫਟ ਲੈ ਕੇ, ਅਤੇ ਇੱਥੇ ਰੋਡ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਇਹ ਸਿੰਗਲ ਰੋਡ ਆ, ਟਰੱਕ ਉੱਧਰੋਂ ਵੀ ਆ ਰਹੇ ਆ ਅਤੇ ਇੱਧਰੋਂ ਵੀ ਜਾ ਰਹੇ ਆ, ਅਤੇ ਆਪਾਂ ਪੂਰੀ ਕੇਅਰ ਕਰਨੀ ਪੈਂਦੀ। ਇਸੇ ਕਰਕੇ ਮੈਂ ਜਿਹੜਾ ਕੈਮਰਾ ਵਾ ਉਹ ਸਾਹਮਣੇ ਲਾਇਆ ਹੋਇਆ, ਮਾਊਂਟ ਕੀਤਾ ਹੋਇਆ, ਹੱਥ ਦੇ ਵਿੱਚ ਨਹੀਂ ਫੜਿਆ ਹੋਇਆ ਮੈਂ ਕੈਮਰਾ, ਕਿਉਂਕਿ ਮੈਨੂੰ ਪਤਾ ਜੇ ਮੈਂ ਹੱਥ 'ਚ ਕੈਮਰਾ ਫੜਾਂ ਤਾਂ ਰਿਸਕੀ ਹੋ ਸਕਦਾ, ਆਪਾਂ ਹੱਥ 'ਚ ਨਹੀਂ ਫੜਿਆ ਹੋਇਆ ਕੈਮਰਾ, ਅਤੇ ਇਸ ਕਰਕੇ ਆਪਾਂ ਜਾ ਰਹੇ ਹਾਂ। ਆਹ ਗੱਡੀ ਲਾ ਕੇ ਖੱਬੇ ਪਾਸੇ ਖੜਾ, ਡੋਰ ਖੋਲ੍ਹ ਕੇ ਔਖਾ ਇਹਦਾ, ਕਿਉਂਕਿ ਉੱਧਰੋਂ ਵੀ ਟਰੱਕ ਆ ਰਿਹਾ, ਟਰੱਕ ਨੇ ਬਾਰੀ ਲੈ ਜਾਣੀ ਨਾਲੇ ਲਾਹ ਕੇ ਜੇ ਦੋਵੇਂ ਇੱਕੋ ਸੀਟ 'ਤੇ ਚੱਲ ਗਏ ਟਰੱਕ। ਬਹੁਤ ਜਨਤਾ ਪਾਗਲ ਹੋਈ ਫਿਰਦੀ, ਮੇਰੇ ਖਿਆਲਾਂ ਵਿੱਚ ਹੈ ਨਹੀਂ ਸੀਗਾ ਕੋਈ ਭੱਜਿਆ, ਕੋਈ ਲੱਗਦਾ ਇੱਥੋਂ ਕੋਈ ਚੱਕਰ ਪਿਆ ਹੋਣਾ ਇਹਨਾਂ ਦਾ ਪੁਲਸੀਆਂ ਨਾਲ। ਅਤੇ ਤੁਸੀਂ ਦੇਖ ਸਕਦੇ ਦੋਨਾਂ ਪਾਸੇ ਕਿੱਦਾਂ ਉਜਾੜ ਹੀ ਉਜਾੜ ਆ, ਬਸ ਕੋਈ ਹੈਗਾ ਨਹੀਂ। ਇੱਧਰ ਫਾਰਮ ਹੋਣਗੇ ਜੇ ਆਏ ਇੱਕ ਦੋ ਕਿਲੋਮੀਟਰ ਬਾਅਦ, ਤਿੰਨ ਕਿਲੋਮੀਟਰ ਬਾਅਦ, ਬਾਕੀ ਇੱਥੇ ਸਾਰਾ ਏਰੀਆ ਸੁੰਨਸਾਨ ਪਿਆ ਹੋਇਆ। ਦੋਸਤੋ ਆਪਾਂ ਜਿਵੇਂ ਕੱਲ੍ਹ ਸਲੀਪ ਪਾ ਲਈ ਸੀਗੀ ਰਾਤ ਨੂੰ, ਅਤੇ ਅੱਜ ਆਪਾਂ ਸਵੇਰੇ ਆਪਾਂ ਉੱਠੇ ਹਾਂ, ਸ਼ਾਵਰ ਲਿਆ, ਬੁੱਕ ਕੀਤਾ, ਅਤੇ ਹੁਣ ਆਪਾਂ ਆਪਣੇ ਟਰੱਕ ਦੀ ਇੰਸਪੈਕਸ਼ਨ ਕਰਾਂਗੇ। ਇੰਸਪੈਕਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਮੂਵ ਹੋਵਾਂਗੇ ਅੱਗੇ ਨੂੰ, ਆਪਣੇ ਕੈਨੇਡਾ ਨੂੰ, ਟੋਰਾਂਟੋ ਨੂੰ, ਅਤੇ ਆਪਾਂ ਟਰੱਕ ਦੇ ਟਾਇਰ ਚੈੱਕ ਕਰਕੇ ਆਵਾਂਗੇ। ਸਭ ਤੋਂ ਪਹਿਲਾਂ ਸਾਰੇ ਟਰੱਕ ਐਂਡ ਟ੍ਰੇਲਰ ਦੇ ਟਾਇਰ ਚੈੱਕ ਕਰਨੇ ਪੈਣੇ ਆ। ਟੈਂਪਰੇਚਰ ਜਿਹੜਾ ਲਾਇਆ ਹੋਇਆ ਸੀਗਾ ਆਪਾਂ, ਟੈਂਪਰੇਚਰ ਓਕੇ ਆ, ਅਤੇ ਟਾਇਰਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਧੱਕਾ ਧੁੱਕਾ ਮਾਰ ਕੇ, ਇਹਨਾਂ ਦੇ ਬੈਰਿੰਗ ਫੇਲੀਅਰ ਤਾਂ ਨਹੀਂ ਆ ਜਾਂ ਕੁਝ ਹੋਰ ਤਾਂ ਨਹੀਂ ਆ, ਅਤੇ ਆਪਾਂ ਤੇਲ ਤੂਲਾ, ਤੇਲ ਪਾਣੀ ਸਾਰਾ ਚੈੱਕ ਕਰ ਲੈਣਾ, ਅਤੇ ਬੈਕ ਡੋਰ ਸਾਰਾ ਪਿੱਛੇ ਜਾ ਕੇ ਚੈੱਕ ਕਰ ਲੈਣਾ ਕਿ ਹਾਂ ਵੀ ਡੋਰ ਲੋਕਡ ਆ ਚੰਗੀ ਤਰ੍ਹਾਂ ਜਾਂ ਨਹੀਂ ਲੋਕਡ। ਧਰਤੀ ਤਰ੍ਹਾਂ ਬਹੁਤ ਘੈਂਟ ਨਜ਼ਾਰਾ ਆਪਣੇ ਆ ਬੈਕ ਸਾਈਡ 'ਤੇ ਦੇਖ ਸਕਦੇ, ਜਿੱਦਾਂ ਉਹ ਸਾਹਮਣੇ ਪਹਾੜੀਆਂ ਦੇਖ ਰਹੀਆਂ ਤੁਹਾਨੂੰ, ਬੜਾ ਘੈਂਟ ਨਜ਼ਾਰਾ। ਉੱਧਰਲੇ ਪਾਸੇ ਵੀ ਜਾਂ ਸੀਲ ਜਿਹੜੀ ਲੱਗੀ ਆ ਅਤੇ ਪ੍ਰੋਪਰ ਲੋਕਡ ਆ, ਮਤਲਬ ਕਿ ਡੋਰ ਆਪਣਾ ਕਿਸੇ ਨੇ ਖੋਲ੍ਹਿਆ ਨਹੀਂ, ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ, ਠੀਕ ਆ। ਜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੁੰਦੀ ਸੀਲ ਬ੍ਰੇਕ ਹੋ ਜਾਣੀ ਸੀਗੀ, ਅਤੇ ਆਪਾਂ ਟਾਇਰ ਚੈੱਕ ਕਰ ਰਹੇ ਹਾਂ, ਧੱਕਾ ਮਾਰ ਕੇ ਚੈੱਕ ਕਰ ਸਕਦੇ ਹਾਂ, ਅਤੇ ਉੱਤੇ ਕੱਟ ਕੁੱਟ ਦੇਖ ਸਕਦੇ ਹਾਂ ਆਪਾਂ, ਕੱਟ ਕੁੱਟ ਲੱਗਾ ਜਾਂ ਨਹੀਂ ਲੱਗਾ, ਠੀਕ ਆ। ਅਤੇ ਇੱਦਾਂ ਆਪਾਂ ਸਾਰਾ ਕੁਝ ਇੰਸਪੈਕਸ਼ਨ ਕਰ ਸਕਦੇ ਹਾਂ ਆਪਣੇ ਟਰੱਕ ਵੀ, ਅਤੇ ਸਾਰੇ ਇਕੱਲੇ ਇਕੱਲੇ ਟਾਇਰ ਚੈੱਕ ਕਰਨੇ, ਅਤੇ ਬਾਕੀ ਲਾਈਨਿੰਗ ਗੇਅਰ ਵੀ ਚੈੱਕ ਕਰ ਲੈਣਾ ਇਹਦੇ 'ਤੇ, ਮਿੱਟੀ ਤਾਂ ਨਹੀਂ ਪਈ, ਕਿਉਂਕਿ ਜੇ ਇਹਦੇ ਉੱਤੇ ਮਿੱਟੀ ਮੁੱਟੀ ਹੋਵੇ ਤਾਂ ਸਾਫ਼ ਕਰ ਦਿਓ, ਇਹ ਨੁਕਸਾਨ ਪਹੁੰਚਾ ਸਕਦੀ ਹੈ ਜਿੱਦਾਂ ਟਰੱਕ ਕੋਈ ਚੱਲਦਾ ਵਾ, ਹੈ ਨਾ, ਅਤੇ ਪਿੱਛੇ ਗੱਡੀ ਗੁੱਡੀ ਉਹਦੀ ਗੱਡੀ 'ਤੇ ਵੱਜ ਸਕਦਾ ਜਾ ਕੇ। ਅਤੇ ਦੋਸਤੋ ਆਪਾਂ ਹੁਣ ਨਿਕਲਾਂਗੇ ਥੋੜ੍ਹੇ ਟਾਈਮ ਤੱਕ ਇੱਥੋਂ, ਆਪਣੀ ਜਿਹੜੀ ਲੋਗ ਬੁੱਕ ਆ ਉਹ ਆਪਾਂ ਟਾਈਮ ਕਾਊਂਟ ਕਰਦੇ ਪਏ ਹਾਂ ਕਿ ਜਲਦੀ ਤੋਂ ਜਲਦੀ ਟਾਈਮ ਹੋ ਜਾਵੇ, ਕਿਉਂਕਿ ਆਪਾਂ ਇੰਸਪੈਕਸ਼ਨ ਜਿਹੜੀ ਕਰਨੀ ਸੀਗੀ ਟਾਇਰ ਟੂਰ ਚੈੱਕ ਕਰ ਲਿਆ, ਹੈ ਨਾ, ਇਹਦਾ ਵਾਸ਼ਰ ਫਲੂਇਡ ਜਿਹਾ ਹੈਗਾ ਵਾ, ਅਤੇ ਇਹਦਾ ਇੰਜਨ ਆਇਲ ਵੀ ਓਕੇ ਆ, ਸਾਰਾ ਕੁਝ ਡਨ ਆ, ਅਤੇ 15 ਮਿੰਟ ਹੋਏ ਆ, 5-7 ਮਿੰਟ ਹੋਰ ਵੇਟ ਕਰਾਂਗੇ ਆਪਾਂ ਨਿਕਲਾਂਗੇ। ਅਤੇ ਨਵਾਂ ਲੀਡ ਲਿਆਉਂਦੀ ਸੀਗੀ ਇਹਦੀ, ਅਤੇ ਵਧੀਆ ਫਾਸਟ ਆ ਚਾਰਜਰ ਆ, ਇਹ ਡੋਲਰਾਮਾ ਤੋਂ ਲਈ ਸੀਗੀ ਉੱਥੋਂ ਕੈਨੇਡਾ ਤੋਂ। ਅਤੇ ਬਾਕੀ ਆਪਾਂ ਹੁਣ ਜਾਵਾਂਗੇ ਟੋਰਾਂਟੋ ਨੂੰ, ਆਪਣੇ ਕੋਲ ਛੱਲੀਆਂ ਦਾ ਲੋਡ ਆ, ਅਤੇ ਟੈਂਪਰੇਚਰ ਦਾ ਬੜਾ ਖਿਆਲ ਰੱਖਣਾ ਪੈਂਦਾ, ਜਿਹੜਾ ਬੋਕਸ ਦਾ ਟੈਂਪਰੇਚਰ ਆ, ਇੱਕ ਚੱਕਰ ਪੈ ਗਿਆ ਸੀਗਾ ਮੁੰਡੇ ਦੇ ਨਾਲ, ਟੈਂਪਰੇਚਰ ਓਕੇ ਸੀਗਾ, ਅਤੇ ਬ੍ਰੋਕਰ ਨੇ ਕਹਿ ਤਾ ਜਿੱਥੇ ਆਪਾਂ ਲੋਡ ਲਾਇਆ ਸੀਗਾ, ਕਿ ਮੇਰਾ ਲੋਡ ਨਹੀਂ ਸੀਗਾ ਕਿਸੇ ਹੋਰ ਦਾ ਸੀਗਾ, ਜਿਹਨੇ ਉਹਨੇ ਲਾਇਆ ਸੀਗਾ ਅਤੇ ਉਹਦਾ ਪੰਗਾ ਪੈ ਗਿਆ, ਕਹਿੰਦੇ ਤੁਹਾਡਾ ਟੈਂਪਰੇਚਰ ਡਾਊਨ ਆ, ਤੁਸੀਂ 45-43 ਦੇ ਲਾ ਕੇ ਲਿਆਉਂਦਾ ਸੀ, 34 ਗਿਆ ਸੀ, ਅਤੇ ਉਹ ਪੈਸੇ ਨਹੀਂ ਦਿੱਤੇ ਉਹ ਲੋਡ ਦੇ, ਤੁਸੀਂ ਆਪ ਸਾਬ ਲਾ ਲਓ $9,000-10,000 ਜਿਹੜਾ ਕੰਪਨੀ ਨੂੰ ਉਹਨਾਂ ਨੇ ਪੇਅ ਨਹੀਂ ਕੀਤਾ, ਅਤੇ ਡਰਾਈਵਰ ਦੀ ਤਨਖਾਹ ਵੀ ਗਈ। ਅਤੇ ਇੰਨਾ ਪੰਗੇ ਹੁੰਦੇ ਆ, ਕੱਲੀ ਕੱਲੀ ਚੀਜ਼ ਸਵੇਰੇ ਸਵੇਰੇ ਉੱਠ ਕੇ ਵੇਖਣੀ ਪੈਂਦੀ ਆ, ਅਤੇ ਰੀਫਰ ਦਾ ਲੋਡ ਇੱਦਾਂ ਹੀ ਚੱਲਦਾ ਫਰੂਟ ਫਰਾਟ, ਕਿਉਂਕਿ ਖਰਾਬ ਹੋ ਜਾਂਦਾ, ਇੰਨੀ ਦੂਰੋਂ ਜਾਣਾ 2,700-2,500 ਕਿਲੋਮੀਟਰ ਦੂਰ ਆ ਜਿੱਥੋਂ ਅਸੀਂ ਆਉਣਾ ਵਾ, ਮਤਲਬ ਕਿ ਫਲੋਰੀਡਾ ਗਿਆ ਵੀ 2,600-2,700 ਕਿਲੋਮੀਟਰ ਜਾਣ, 2,600-2,700 ਕਿਲੋਮੀਟਰ ਆਉਣਾ, ਠੀਕ ਆ। ਅਤੇ ਬੜਾ ਖਿਆਲ ਰੱਖਣਾ ਪੈਂਦਾ ਵਾ ਇਹਨਾਂ ਚੀਜ਼ਾਂ ਨਾਲ, 2.5 ਦਿਨ ਲੱਗ ਜਾਂਦੇ ਇੱਕ ਸਾਈਡ ਨੂੰ ਜਾਂਦਿਆਂ ਨੂੰ। ਅਤੇ ਅੱਜ ਆਪਾਂ ਬਾਰਡਰ ਦੇ ਲਾਗੇ ਪਹੁੰਚ ਜਾਣਾ, ਪੂਰਾ ਬਾਰਡਰ ਦੇ ਲਾਗੇ ਪਹੁੰਚਾਂਗੇ, ਅਤੇ ਫਿਰ ਰਾਤ ਨੂੰ ਸੋਵਾਂਗੇ 12-1 ਵਜੇ ਨਾਲ, ਅਤੇ ਕੱਲ੍ਹ ਆਪਾਂ ਪਹੁੰਚ ਕੱਲ੍ਹ ਫਰਾਈਡੇ ਆ, ਕੱਲ੍ਹ ਪਹੁੰਚ ਜਾਣਾ ਆਪਾਂ ਆਪਣੇ ਪਿੰਡ ਬ੍ਰੈਮਟਨਪੁਰ, ਅਤੇ ਬਹੁਤ ਵਧੀਆ ਫੀਲਿੰਗ ਆਊਗੀ ਆਪਣੇ ਪਿੰਡ ਜਾ ਕੇ, ਅਤੇ ਕਿੰਨੇ ਦਿਨਾਂ ਬਾਅਦ, ਕਿਉਂਕਿ ਸੰਡੇ ਦਾ ਤੁਰਿਆ ਹੋਇਆ ਮੈਂ, ਸੰਡੇ ਮੰਡੇ ਟਿਊਸਡੇ ਵੈਡਨਸਡੇ ਥਰਸਡੇ, ਅੱਜ ਥਰਸਡੇ ਹੋ ਗਿਆ, 5 ਦਿਨ ਹੋ ਗਏ, ਕੱਲ੍ਹ 6ਵਾਂ ਦਿਨ ਆ ਮੇਰਾ ਬਾਹਰ, ਅਤੇ ਕੱਲ੍ਹ ਆਪਣੀ ਰੋਟੀ ਖਤਮ ਹੋ ਗਈ ਸੀਗੀ, 5ਵੇਂ ਦਿਨ ਰੋਟੀ ਮੁੱਕ ਗਈ, ਅਤੇ ਅੱਜ 6ਵੇਂ ਦਿਨ ਆਪਾਂ ਨੂੰ ਸਭ ਵੀ ਖਾਣਾ ਪਿਆ, ਅਤੇ ਨਾਲ ਆ ਕੋਲਡ ਡਰਿੰਕ ਪੀਣੀ ਪੈ ਰਹੀ ਆ, ਅਤੇ ਥੋੜ੍ਹੇ ਟਾਈਮ ਤੱਕ ਰੁਕਾਂਗੇ। ਹੁਣ ਟਾਈਮ ਹੋ ਗਿਆ 12:52, ਠੀਕ ਆ, 12:52 ਹੋ ਗਿਆ, ਅਤੇ ਤਕਰੀਬਨ 6-7 ਘੰਟੇ ਟਰੱਕ ਚਲਾਵਾਂਗੇ ਲਗਾਤਾਰ, ਇੱਕ ਮਤਲਬ ਕਿ ਆਪਾਂ 1:30-1 ਵਜੇ ਡਰਾਈਵ ਸ਼ੁਰੂ ਕੀਤੀ ਨਾ,
7 ਘੰਟੇ ਲਗਾਤਾਰ ਟਰੱਕ ਚਲਾਵਾਂਗੇ, 8 ਵਜੇ ਆਪਾਂ ਪਾਵਾਂਗੇ ਬ੍ਰੇਕ, ਠੀਕ ਆ, ਅੱਧੇ ਘੰਟੇ ਦੀ, 8 ਵਜੇ ਫਿਰ ਆਪਾਂ ਕਰਾਂਗੇ ਆਪਣਾ ਡਿਨਰ। ਉਦੋਂ ਚੱਕਰ ਇਹ ਪੈ ਜਾਣਾ ਆਪਾਂ ਜਿਹੜਾ ਫਿਊਲ ਪਵਾਇਆ ਹੋਇਆ ਨਾ, ਫਿਊਲ ਜਿਹੜਾ ਵਾ ਹਨਾ, ਫਿਊਲ ਆਪਣਾ ਥੱਲੇ ਆਏ ਨਹੀਂ ਸੀ ਤੇ ਉਹ ਫਿਊਲ ਪਵਾ ਲਿਆ, ਆਪਾਂ ਦੇ ਪੁਆਇੰਟ ਜੁੜ ਜਾਣੇ ਆ ਤੇ ਫ੍ਰੀ ਦੇ ਵਿੱਚ ਆਪਾਂ ਆਪਣਾ ਡਿਨਰ ਕਰਾਂਗੇ ਤੇ ਨਾਲ ਖਾਵਾਂਗੇ ਆਪਾਂ ਫਰੂਟ, ਐਵੋਕਾਡੋ ਪਾਈ ਆਪਣੇ ਕੋਲ, ਸਟ੍ਰੋਬਰੀ ਪਈ ਆ ਤੇ ਥੋੜੀ ਇੱਕ ਇੱਕ ਕੀਵੀ ਦਾ ਪੀਸ ਪਿਆ ਹੋਣਾ ਤੇ ਉਹ ਖਾਵਾਂਗੇ, ਇੰਜੋਏ ਕਰਾਂਗੇ। ਤੇ ਦੋਸਤੋ ਜਿਹੜੇ ਨਵੇਂ ਵਿਊਵਰਸ ਹੈਗੇ ਆ ਉਹਨਾਂ ਨੂੰ ਮੈਂ ਦਿਖਾ ਦੇਣਾ ਚਾਹਾਂਗਾ ਕਿ ਇਹ ਆਪਣਾ ਟਰੱਕ ਆ ਜੀ ਤੇ ਆਹ ਫਲੈਗ ਆਪਾਂ ਆਪ ਲਿਆ ਕੇ ਲਾਏ ਵਿੱਚ ਤੇ ਆਪਣਾ ਬੈੱਡ, ਇੱਕ ਉੱਤੇ ਬੈੱਡ ਹੁੰਦਾ ਉਹਨੂੰ ਥੱਲੇ ਕਰ ਲਈਦਾ ਤੇ ਉਹ 'ਚ ਆਪਾਂ ਸੌਂ ਸਕਦੇ ਹਾਂ, ਠੀਕ ਆ। ਤੇ ਇੱਕ ਬਾਈ ਦਾ ਕਮੈਂਟ ਸੀਗਾ ਕਿ ਹਾਂ ਵੀ ਕਿੱਦਾਂ ਪਤਾ ਲੱਗਦਾ ਕਿ ਜਿੱਦਾਂ ਟਰੱਕ ਬੰਦ ਹੋਵੇ ਆਪਾਂ ਟਰੱਕ ਨੂੰ ਆਪਾਂ ਏ ਸੀ ਕਿੱਦਾਂ ਚਲਾ ਸਕਦੇ ਹਾਂ, ਤਾਂ ਪਾਰਕ ਵਾਲਾ ਸੋਚ ਲੱਗਾ, ਇੱਥੇ ਪਾਰਕ ਲਿਖਿਆ ਇਹਨੂੰ ਦੱਬ ਦੇਈਦਾ ਤੇ ਇਹ ਆਪਣਾ ਟਰੱਕ ਬੰਦ ਹੋਵੇ ਤਾਂ ਏ ਸੀ ਚਲਾ ਸਕਦੇ ਹਾਂ ਆਪਾਂ, ਤੇ ਉਹ ਐਮਰਜੈਂਸੀ ਡੋਰ ਹੁੰਦਾ ਵਾ ਤੇ ਉਹਦੇ ਰਾਹੀਂ ਆਪਾਂ ਹਵਾ ਅੰਦਰ ਲਿਆ, ਹਵਾ ਵਗੈਰਾ ਲੈ ਸਕਦੇ ਹਾਂ, ਰੋਸ਼ਨੀ ਅੰਦਰ ਲਿਆ ਸਕਦੇ ਹਾਂ ਆਪਾਂ, ਬਹੁਤ ਵਧੀਆ ਸਿਸਟਮ ਆ। ਤੇ ਬਾਕੀ ਆਹ ਜਿਹੜਾ ਇੰਟੀਰੀਅਰ ਆ, ਤੁਹਾਨੂੰ ਇਹਦੀ ਵੀਡੀਓ ਫੁੱਲ ਮਿਲ ਜੂਗੀ, ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਮੈਂ ਟਰੱਕ ਰਿਵਿਊ ਕੈਨੇਡਾ, ਤੇ ਉਹ ਚੈੱਕ ਕਰ ਲਿਓ ਜਾ ਕੇ। ਤੇ ਇੱਕ ਵੀਡੀਓ ਹੋਰ ਸੀਗੀ ਹਾਊ ਟੂ ਗੈਟ ਲਾਇਸੈਂਸ, ਮੈਨੂੰ ਕਮੈਂਟ ਆਇਆ ਸੀ ਕੱਕ ਮੇਰੇ ਵੀਰ ਦਾ ਕਿ ਇੱਕ ਲਾਇਸੈਂਸ ਤੇ ਵੀਡੀਓ ਜ਼ਰੂਰ ਬਣਾਇਓ, ਲਾਇਸੈਂਸ ਕਿਵੇਂ ਲਈਦਾ ਹਨਾ, ਤੇ ਉਹਦੀ ਵੀਡੀਓ ਆਲਰੇਡੀ ਮੈਂ ਅਪਲੋਡ ਕਰ ਚੁੱਕਾ, 2 ਵੀਡੀਓ ਅਪਲੋਡ ਕੀਤੀਆਂ ਹੋਈਆਂ ਉਹਦੀਆਂ ਮੈਂ ਕਿ ਲਾਇਸੈਂਸ ਕਿਵੇਂ ਆਪਾਂ ਬਣਾ ਸਕਦੇ ਹਾਂ, ਹਾਊ ਟੂ ਗੈਟ ਲਾਇਸੈਂਸ। ਤੇ ਹੋਰ ਕੀ ਸੀਗਾ ਕਿ ਹਾਂ ਚੇਂਜ ਲਾਇਸੈਂਸ ਚੇਂਜ ਕਰਾਉਣਾ ਜਾਂ ਕੁਝ ਵੀ, ਟੂਰਿਸਟ ਵੀਜ਼ੇ ਵਾਲੇ ਕਿਵੇਂ ਲਾਇਸੈਂਸ ਲੈ ਸਕਦੇ, ਤਾਂ ਉਹ ਸਾਰੀ 2 ਵੀਡੀਓ ਆਪਾਂ ਅਪਲੋਡ ਕੀਤੀ, ਤੁਸੀਂ ਚੈੱਕ ਕਰ ਸਕਦੇ ਤੇ ਮੇਰੇ ਚੈਨਲ ਦੇ ਵਿੱਚ ਜਾ ਕੇ ਜ਼ਰੂਰ ਚੈੱਕ ਕਰਨਾ। ਤੇ ਬਾਕੀ ਤੁਹਾਨੂੰ ਜਿੰਨੀ ਵੀ ਜਾਣਕਾਰੀ ਆਪਣੇ ਨੂੰ ਬੈਸਟ ਹੋਊਗਾ ਮੈਂ ਆਪਣਿਆਂ ਨੂੰ ਪ੍ਰੋਵਾਈਡ ਕਰਦਾ ਵਾਂ ਜੀ। ਤੇ ਆਪਾਂ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਟੋਰਾਂਟੋ ਨੂੰ, ਬਣੇ ਰਹੋ ਵੀਡੀਓ ਦੇ ਐਂਡ ਤੱਕ, ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ, ਜਿਹੜੇ ਨਵੇਂ ਵਿਊਵਰ ਆਏ ਆ ਉਹ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਤੇ ਘੈਂਟ ਘੈਂਟ ਵੀਡੀਓਜ਼ ਦੇਖਣ ਵਾਸਤੇ। ਦੋਸਤੋ ਇਹ ਹੈਗਾ ਜੀ ਹਾਈਵੇ 75 ਨੌਰਥ ਸਾਈਡ, ਠੀਕ ਹੈ ਜੀ। ਜਦੋਂ ਆਪਾਂ ਪਹਿਲਾਂ ਗਏ ਸੀਗੇ ਫਲੋਰੀਡਾ ਨੂੰ ਉਦੋਂ ਸੀਗਾ ਸਾਊਥ ਸਾਈਡ, ਇਹ ਹੈਗੀ ਆ ਜੀ ਨੌਰਥ ਸਾਈਡ। ਅਤੇ ਉੱਥੋਂ ਚੜ੍ਹੇ ਹੋਏ ਹਾਂ ਆਪਾਂ ਮਿਆਮੀ ਦੇ ਲਾਗੋਂ ਹਾਈਵੇ 75 ਤੋਂ, 11-12 ਘੰਟੇ ਦਾ ਸਫ਼ਰ ਆਪਾਂ ਕਰ ਚੁੱਕੇ ਹਾਂ ਅਤੇ ਤਕਰੀਬਨ 15-16 ਘੰਟੇ ਦਾ ਸਫ਼ਰ ਅਜੇ ਰਹਿੰਦਾ। ਅਤੇ ਉਹ ਅਸੀਂ ਇਸੇ ਹਾਈਵੇ ਦੇ ਉੱਤੇ ਕਰਾਂਗੇ, ਨਹੀਂ ਲਾਸਟ ਵਾਲੇ 4-5 ਘੰਟੇ ਆਪਾਂ ਆਪਣੇ ਕੈਨੇਡਾ ਵੜ ਜਾਂਗੇ। ਠੀਕ ਹੈ ਠੀਕ ਹੈ ਠੀਕ ਆ, 4 ਘੰਟੇ ਲਾਸਟ ਵਾਲੇ ਜਿਹੜੇ ਰਹਿ ਜਾਣੇ ਆ ਨਾ ਉਹ ਆਪਾਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਣਾ, ਮਤਲਬ ਕਿ 11-12 ਘੰਟੇ ਹੋਰ ਵਾ ਆਪਣੇ ਹਾਈਵੇ 75 ਦੇ। ਹਾਈਵੇ 75 ਦਾ ਜਿਹੜਾ ਐਗਜ਼ਿਟ ਨੰਬਰ 18 ਆ ਉੱਥੇ ਹੈਗਾ ਜੀ ਲਵਸ ਟਰੈਵਲ ਸਟੋਪ, ਅਤੇ ਜਿਹੜਾ ਐਗਜ਼ਿਟ ਨੰਬਰ 47B ਆ ਉਹ ਹੈਗਾ ਜੀ ਬਾਰਡਰ। ਸੋ ਆਪਾਂ ਬਾਰਡਰ 'ਤੇ ਉੱਥੋਂ ਐਂਟਰ ਹੋ ਜਾਵਾਂਗੇ, ਉੱਥੋਂ ਐਂਟਰ ਹੋ ਕੇ ਫਿਰ ਆਪਾਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਵਾਂਗੇ ਹਾਈਵੇ 401 ਦੇ ਵਿੱਚ। ਸੋ 2 ਹਾਈਵੇ ਚੇਂਜ ਕਰਨੇ ਪੈਣੇ ਬਸ ਆਪਾਂ ਨੂੰ, ਇੱਕ ਆ 75 ਆ, ਇੱਕ 401 ਆ ਬਸ। ਸੋ ਇਹ ਬਹੁਤ ਵਧੀਆ ਸਿੱਧਾ ਰੂਟ ਆ, ਕੋਈ ਚੱਕਰ ਹੀ ਨਹੀਂ ਕੋਈ ਕਿ ਜਿੱਦਾਂ ਆਪਾਂ ਰੂਟ ਫਾਇੰਡ ਆਊਟ ਕਰਨਾ ਪਵੇ ਮੈਪ ਦੇ ਉੱਤੇ ਕਿ ਕਿਹੜਾ ਕਿਹੜਾ ਵਧੀਆ ਕਿਹੜਾ ਨਹੀਂ, ਇਹ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਫਲੋਰੀਡਾ ਆਉਣਾ ਵਾ ਮਿਆਮੀ ਵਾਲੀ ਸਾਈਡ 'ਤੇ ਆਉਣਾ ਵਾ, ਉਹ ਹਾਈਵੇ 75 ਹੀ ਆ ਕੰਮ ਕਰਦਾ। ਸੋ ਤੁਸੀਂ ਹੁਣ ਨਜ਼ਾਰਾ ਦੇਖੋ ਦੋਸਤੋ, ਪਹਾੜੀਆਂ ਆਉਣਗੀਆਂ ਸਾਹਮਣੇ ਅਤੇ ਅੱਜ ਮੌਸਮ ਵਧੀਆ, ਬੱਦਲ ਹੋਇਆ ਪਿਆ ਪਰ ਵਿੱਚੋਂ ਧੁੱਪ ਲੱਗ ਜਾਂਦੀ, ਤੁਸੀਂ ਦੇਖ ਸਕਦੇ ਹੈ ਨਾ ਸਾਹਮਣੇ ਧੁੱਪ ਵਾ ਅਤੇ ਜਿੱਥੇ ਆਪਣਾ ਟਰੱਕ ਜਾ ਰਿਹਾ ਉਹ ਸ਼ਾਮ ਆ। ਸੋ ਇੱਦਾਂ ਹੀ ਵਿੱਚੋਂ ਧੁੱਪ ਕਦੇ ਛਾਂ, ਸਾਰਾ ਕੁਝ ਇੱਦਾਂ ਮਿਕਸ ਹੀ ਚੱਲਦਾ ਇੱਥੇ, ਕੁਝ ਨਹੀਂ ਪਤਾ, 1 ਮਿੰਟ ਦੇ ਵਿੱਚ ਵਿੱਚ ਮੀਂਹ ਆ ਜਾਏ ਸਾਹਮਣੇ। ਕੱਲ੍ਹ ਇਹੀ ਚੀਜ਼ ਹੋਈ ਮੇਰੇ ਨਾਲ, ਕੱਲ੍ਹ ਮੈਂ ਇੱਕ ਪਾਸੇ ਜਿੱਦਾਂ ਇੱਥੇ ਆ ਮੈਂ, ਆ ਇੱਥੇ ਧੁੱਪ ਨਿਕਲੀ ਆ ਅਤੇ ਉਹ ਜਿਹੜਾ ਟਰੱਕ ਜਾਂਦਾ ਪਿਆ ਸਾਹਮਣੇ ਹੈ ਨਾ ਉੱਥੇ ਮੀਂਹ ਪੈ ਰਿਹਾ। ਸੋ ਇੱਦਾਂ ਹੀ ਆ, ਹੁਣ ਤੁਸੀਂ ਦੇਖੋਗੇ ਪਹਾੜੀਆਂ ਸਾਹਮਣੇ ਗੱਡੀਆਂ ਘੈਂਟ ਘੈਂਟ, ਬਹੁਤ ਵਧੀਆ ਨਜ਼ਾਰਾ, ਨੇਚਰ ਬਹੁਤ ਘੈਂਟ ਆ ਇੱਧਰ। ਅਤੇ ਰੋਡ ਤੁਸੀਂ ਦੇਖ ਹੀ ਲਿਆ ਕਿੰਨਾ ਬਿਜ਼ੀ ਰੋਡ ਆ, ਬਹੁਤ ਜ਼ਿਆਦਾ ਬਿਜ਼ੀ ਰੋਡ ਮੰਨਿਆ ਜਾਂਦਾ ਹਾਈਵੇ 47। ਇਹ ਹਾਈਵੇ ਦੇ ਉੱਤੇ ਪਾਰਕਿੰਗਾਂ ਨਹੀਂ ਮਿਲਦੀਆਂ ਸੌਖੀਆਂ। ਕੱਲ੍ਹ ਅੱਗੇ ਜਦੋਂ ਮੈਂ ਵਾਪਸ ਜਾਂਦਾ ਪਿਆ ਸੀ ਫਲੋਰੀਡਾ ਨੂੰ ਜਾਂਦਾ ਪਿਆ ਸੀ ਉਦੋਂ ਇੱਕ ਪਾਰਕਿੰਗ ਲੱਭ ਗਈ ਮੈਨੂੰ ਰੱਬ ਵੱਲੋਂ, ਇੱਕੋ ਪਾਰਕਿੰਗ ਵਿਹਲੀ ਸੀਗੀ ਅਤੇ ਜਿੱਥੇ ਮੈਂ ਰਾਤ ਅੱਜ ਪਾਰਕ ਲਾਇਆ ਸੀਗਾ ਉੱਥੇ 2-3 ਵਿਹਲੀਆਂ ਸੀਗੀਆਂ। ਪਰ ਜਨਤਾ ਨੇ, ਮੈਂ ਜਦੋਂ ਮੈਂ ਐਂਟਰ ਹੋਣ ਲੱਗਾ ਐਗਜ਼ਿਟ ਕੱਢਿਆ ਅਤੇ ਰੈਂਪ ਦੇ ਉੱਤੇ ਲਾਏ ਟਰੱਕ, ਲਾਈਨਾਂ ਲੱਗੀਆਂ, ਮੈਂ ਕਿਹਾ ਲੈ ਅੱਜ ਗਏ ਜੀ, ਅੱਜ ਨਹੀਂ ਉਹ ਪਾਰਕਿੰਗ ਮਿਲਣੀ। ਪਰ ਜਦੋਂ ਅੰਦਰ ਐਂਟਰ ਹੋਇਆ ਅੰਦਰ ਸਾਰਾ ਸਟੋਪ ਖਾਲੀ, ਪਤਾ ਨਹੀਂ ਕਿਉਂ ਜਨਤਾ ਪਹਿਲਾਂ ਹੀ ਡਰ ਜਾਂਦੀ, ਇੱਕ ਵਾਰੀ ਫਾਈਂਡ ਆਊਟ ਕਰ ਲਿਆ ਕਰੋ, ਜਾ ਕੇ ਅੰਦਰ ਜਾ ਕੇ ਗੇੜਾ ਲਾ ਆਇਆ ਕਰੋ, ਪਾਰਕਿੰਗਾਂ ਮਿਲ ਜਾਂਦੀਆਂ ਹੁੰਦੀਆਂ। ਆਪਾਂ ਪਹਿਲਾਂ ਹੀ ਸੋਚ ਲਈਦਾ ਕਿ ਰਾਤ ਦਾ ਟਾਈਮ ਆ, ਪਾਰਕਿੰਗ ਨਹੀਂ ਮਿਲਣੀ, ਪਾਰਕਿੰਗ ਨਹੀਂ ਮਿਲਣੀ, ਬਟ ਇੱਦਾਂ ਦਾ ਕੁਝ ਨਹੀਂ ਹੁੰਦਾ, ਜਾ ਕੇ ਇੱਕ ਵਾਰ ਦੇਖ ਕੇ ਆਇਆ ਕਰੋ।
ਪਾਰਕਿੰਗ ਜ਼ਰੂਰ ਮਿਲ ਜਾਂਦੀ ਹੈ, ਕਦੀ ਪਾਰਕਿੰਗ ਵਿਹਲੀ ਹੁੰਦੀ ਹੁੰਦੀ ਹੈ ਕਿਉਂਕਿ ਕੋਈ ਬੰਦਾ ਬ੍ਰੇਕ ਪਾਉਣ ਲਈ ਖੜ੍ਹਾ ਹੁੰਦਾ ਉੱਥੇ ਅੱਧੇ ਘੰਟੇ ਦੀ 15 ਮਿੰਟ ਖੜ੍ਹਨਾ ਹੁੰਦਾ ਕਿਸੇ ਨੇ, ਉਹਦੇ ਕਰਕੇ ਉਹ ਪਾਰਕਿੰਗ ਚਲਾ ਲੈਂਦੇ ਆ ਟਰੱਕ ਅਤੇ ਬਾਅਦ ਲੈ ਜਾਂਦੇ ਆ ਟਰੱਕ ਨੂੰ। ਸੋ ਦੇਖ ਕੇ ਆਇਆ ਕਰੋ, ਬਹੁਤ ਵਧੀਆ ਚੀਜ਼ ਆ, ਬੰਦਾ ਚੀਜ਼ ਵਧੀਆ ਮਤਲਬ ਕਿ ਚੰਗਾ ਰਹਿ ਜਾਂਦਾ, ਬੰਦਾ ਵਧੀਆ ਰਹਿ ਜਾਂਦਾ, 2 ਮਿੰਟ ਹੀ ਆ ਵੇਸਟ ਹੋ ਜਾਣਗੇ ਉੱਥੇ ਕੀ ਹੋ ਚੱਲਿਆ। ਪਰਸਨਲ 'ਚ ਪਾ ਕੇ ਬੁੱਕ 'ਤੇ ਦੇਖ ਆਇਆ ਕਰੋ, ਉਹਦਾ ਕੋਈ ਚੱਕਰ ਨਹੀਂ ਹੁੰਦਾ ਐਡਾ, ਅਤੇ ਤੁਸੀਂ ਨਜ਼ਾਰਾ ਦੇਖੋ ਕਿੱਡਾ ਘੈਂਟ ਹੈ, ਨਾ ਮਿੱਟੀ ਘੱਟਾ ਉੱਡਦਾ ਹੈ ਨਾ, ਬਹੁਤ ਵਧੀਆ ਫੀਲ ਹੁੰਦਾ ਇੱਥੇ, ਕੋਈ ਗੰਦ ਨਹੀਂ ਦੇਖਦਾ ਇੱਥੇ। ਇੱਥੇ $1,000 ਫਾਈਨ ਆ, $1,000 US ਫਾਈਨ ਆ ਇੱਥੇ ਜਿਹੜਾ ਕੂੜਾ ਸੁੱਟਦਾ ਫੜਿਆ ਗਿਆ, ਜਾਂ ਕੋਈ ਬੋਤਲ ਵੀ ਸੁੱਟਦਾ ਫੜਿਆ ਗਿਆ, ਕੋਈ ਵੀ ਚੀਜ਼ ਥਰੋ ਕਰਦਾ ਫੜਿਆ ਗਿਆ ਨਾ ਰੋਡ ਦੇ ਉੱਤੇ, ਦੇਖ ਲਿਆ ਕਿਸੇ ਨੇ, ਪੁਲਿਸ ਵਾਲੇ ਨੇ, ਜਾਂ ਵੀਡੀਓ 'ਚ ਆ ਗਿਆ ਕਿਸੇ, ਬਸ ਨਾਲ ਦੀ ਨਾਲ ਹੀ $1,000 ਫਾਈਨ ਟਿਕਟ। ਆਪਾਂ ਤੁਰੇ ਸੀਗੇ, ਪਰਸੋਂ ਤੁਰੇ ਸੀਗੇ, 2 ਸਲੀਪਾਂ ਪਾ ਕੇ ਆਏ ਹਾਂ, ਅਤੇ ਜਿਹੜਾ ਆਪਣਾ ਡੋਰ ਸੀਗਾ ਫਿਕਸ ਕਰਨ ਵਾਲਾ, ਪਿਛਲੀ ਵੀਡੀਓ ਦੇ ਵਿੱਚ ਮੈਂ ਸ਼ਾਇਦ ਤੁਹਾਨੂੰ ਦਿਖਾਇਆ ਸੀਗਾ, ਹਾਂ ਦੇਖਿਓ ਪਿਛਲੀ ਵੀਡੀਓ, ਧਿਆਨ ਨਾਲ ਦੇਖਿਓ, ਉਹਦੇ ਵਿੱਚ ਜਦੋਂ ਮੈਂ ਡਿਲੀਵਰੀ ਕਰਦੀ ਸੀਗੀ ਲਾਸਟ 'ਤੇ ਐਂਡ 'ਤੇ, ਅਤੇ ਆਪਣਾ ਡੋਰ ਨਹੀਂ ਸੀਗਾ ਬੰਦ ਹੁੰਦਾ, ਠੀਕ ਆ, ਚੰਗੀ ਤਰ੍ਹਾਂ ਫੋਗ ਲਿਫਟ ਵਾਲੀ ਨੂੰ ਬੁਲਾ ਕੇ ਅਤੇ ਉਹਦੇ ਨਾਲ ਬੰਦ ਕੀਤਾ ਸੀਗਾ, ਠੀਕ ਆ। ਮਤਲਬ ਕਿ ਇੱਕ ਤਾਂ ਆਹ ਟੁੱਟੀ ਹੋਈ ਹੈ ਇਹਦੀ, ਆਹ ਲੈਚ ਟੁੱਟੀ ਹੋਈ, ਇੱਥੋਂ ਆਹ ਨਹੀਂ ਹੈਗੀ ਹੈ ਨਾ, ਇੱਧਰ ਦੇ ਡੋਰ ਦੀ ਉਹਦਾ ਪ੍ਰੋਬਲਮ ਸੀਗਾ, ਅਤੇ ਆਪਾਂ ਦੱਸਾਂ ਕੀ ਕੀਤਾ, ਇੱਥੋਂ ਨਾ ਆਹ ਉੱਚਾ ਰਹਿ ਜਾਂਦਾ ਸੀਗਾ, ਆਹ ਜਿਹੜੀ ਚੀਜ਼ ਹੈ ਨਾ ਇਹ ਉੱਤੇ ਰਹਿ ਜਾਂਦੀ ਸੀ, ਇਹ ਥੱਲੇ ਰਹਿ ਜਾਂਦੀ, ਇਹ ਬੰਦ ਨਹੀਂ ਹੁੰਦਾ ਸੀਗਾ ਇੱਥੋਂ, ਠੀਕ ਆ। ਆਪਾਂ ਇੱਕ ਜਗਾੜ ਕੀਤਾ, ਆਹ ਡੰਡਾ ਲਾ ਤਾ ਇੱਥੇ, ਆਪਾਂ ਨਾ ਲੱਕੜ ਲੱਭੀ ਐਡੀ ਕੁ, ਠੀਕ ਆ, ਅਤੇ ਇਹਨੂੰ ਡੋਰ ਨੂੰ ਖੋਲ੍ਹ ਕੇ ਲੱਕੜ ਨੂੰ ਇਹਦੇ ਵਿੱਚ ਫਸਾ ਤਾ, ਆਪਾਂ ਫਸਾ ਕੇ ਫਿਰ ਆਪਾਂ ਡੋਰ ਬੰਦ ਕੀਤਾ, ਅਤੇ ਫਿਰ ਈਜ਼ਲੀ ਡੋਰ ਬੰਦ ਹੋ ਗਿਆ, ਅਤੇ ਆਪਣਾ ਜਿਹੜਾ ਜਗਾੜ ਕੰਮ ਕਰ ਗਿਆ, ਦੇਸੀਆਂ ਦਾ ਜਗਾੜ, ਜੇ ਕੋਈ ਗੋਰਾ ਗੁਰਾ ਹੁੰਦਾ ਉਹਨੇ ਖੱਪਦੇ ਰਹਿਣਾ ਸੀਗਾ, ਅਤੇ ਆਪਾਂ ਫੋਨ ਲਾਇਆ ਮੁੰਡੇ ਨੂੰ, ਗੱਲ ਕਰਦੇ ਰਹੇ ਗੱਲ ਕਰਦੇ ਰਹੇ ਮੁੰਡੇ ਨੂੰ, ਇਹਦਾ ਗੱਲਾਂ 'ਚੋਂ ਗੱਲ ਨਿਕਲ ਆਈ। ਪਹਿਲਾਂ ਆਪਾਂ ਨਾ ਉਹ ਕਰਬ ਜੀ ਦੇ ਉੱਤੇ ਆ ਪਿੱਛਿਆ ਦੇਖਦਾ ਹੋਣਾ ਤੁਹਾਨੂੰ ਹੈ ਨਾ, ਉਹ ਚੀਜ਼ ਦੇਖਦੀ ਹੋਣੀ ਆ, ਉਹਦੇ ਉੱਤੇ ਨਾ ਪਹਿਲਾਂ ਆਪਾਂ ਆਪਣੇ ਟ੍ਰੇਲਰ ਦਾ ਇੱਧਰਲਾ ਟਾਇਰ ਚੜ੍ਹਾਏ ਹੈ ਨਾ, ਟਰਾਈ ਕਰਕੇ ਦੇਖੀ, ਫਿਰ ਉੱਧਰਲੇ ਟਾਇਰ ਚੜ੍ਹਾ ਕੇ ਦੇਖੀ, ਕੀ ਪਤਾ ਉੱਚਾ ਨੀਵਾਂ ਹੋ ਕੇ ਅਤੇ ਲੱਗ ਜਾਏ ਹੈ ਨਾ, ਪਰ ਨਹੀਂ ਲੱਗਾ। ਅਤੇ ਫਿਰ ਆਪਾਂ ਆਈਡੀਆ ਵਰਤਿਆ ਕਿ ਇੱਦਾਂ ਕਰਦੇ ਹਾਂ ਕਿ ਲੱਕੜ ਸੀਗੀ ਇੱਦਾਂ ਦੀ ਕੋਈ, ਅਤੇ ਇੱਦਾਂ ਦੀ ਲੱਕੜ ਆਪਾਂ ਉਹਦੇ ਵਿੱਚ ਆਪਾਂ ਫਸਾਈ, ਅਤੇ ਫਿਰ ਉਹਦੇ ਨਾਲ ਲੱਗ ਗਿਆ ਡੋਰ, ਅਤੇ ਬਹੁਤ ਵਧੀਆ ਰਿਹਾ, ਮਤਲਬ ਕਿ ਆਪਾਂ ਜ਼ਿਆਦਾ ਖਰਾਬ ਨਹੀਂ ਹੋਏ, ਅਤੇ ਡੋਰ ਬੰਦ ਹੋ ਗਿਆ, ਫਿਕਸ ਹੋ ਗਿਆ ਡੋਰ। ਅਤੇ ਹੁਣ ਆਪਾਂ ਉੱਠੇ ਹਾਂ, ਅਤੇ ਇੱਥੋਂ ਤੁਰਨਾ ਵਾ ਥੋੜ੍ਹੇ ਟਾਈਮ ਤੱਕ, ਬਸ ਆਪਾਂ ਜਸਟ ਬਰੱਸ਼ ਬਰੁਸ਼ ਕਰਕੇ ਨਹਾ ਧੋ ਕੇ ਅਤੇ ਆਪਾਂ ਇੱਥੋਂ ਨਿਕਲਾਂਗੇ। ਅਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਵਾ, ਨਜ਼ਾਰੇ ਲੱਗੇ ਪਏ ਆ, ਅਤੇ ਆਪਣਾ ਬਾਰਡਰ ਹੈਗਾ 20 ਮੀਲਾਂ ਦਾ, 20 ਮਿੰਟ ਦਾ ਬਾਰਡਰ ਆ, ਆਪਣਾ ਬਾਰਡਰ ਦੀ ਕਲੀਅਰ ਹੋਇਆ ਅਸਲ ਦੇ ਵਿੱਚ, ਠੀਕ ਆ ਦੋਸਤੋ। ਆਪਾਂ ਲੱਕੜ ਸਾਂਭ ਕੇ ਰੱਖ ਲੈਂਦੇ ਹਾਂ ਜੇ ਲੋੜ ਪੈ ਗਈ ਰਸਤੇ ਦੇ ਵਿੱਚ, ਜੇ ਆਪਾਂ ਡਿਲੀਵਰ ਕਰਨਾ ਹੋਇਆ ਲੋੜ ਕਿਤੇ, ਉੱਥੇ ਲੋੜ ਪੈ ਗਈ ਤਾਂ ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਤੁਸੀਂ ਦੇਖ ਸਕਦੇ ਜੇ ਬਹੁਤ ਘੈਂਟ ਬੰਕ ਵਾਏ, ਅਤੇ ਬੜਾ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਇੱਥੇ। ਅਤੇ ਬਸ ਆਪਾਂ ਥੋੜ੍ਹੇ ਟਾਈਮ ਤੱਕ ਤੁਰਨਾ ਇਹ ਤੋਂ, ਅਤੇ ਤੁਹਾਨੂੰ ਮੈਂ ਦੱਸ ਦੇਣਾ ਚਾਹਾਂਗੀ, ਇੱਕ ਆਪਣੇ ਵੱਡੇ ਵੀਰ ਦਾ ਚੈਨਲ ਆ ਜੀ ਪੇਂਡੂ ਕਨੇਡੀਅਨ, ਅਤੇ ਉਹਦਾ ਮੈਂ ਲਿੰਕ ਜਿਹੜਾ ਵਾ ਆਪਣੇ ਇਸ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ, ਇਸ ਤੋਂ ਪਿਛਲੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਿੰਕ ਦਿੱਤਾ ਹੋਇਆ ਸੀਗਾ ਪੇਂਡੂ ਕਨੇਡੀਅਨ, 53,000 ਸਬਸਕ੍ਰਾਈਬਰ ਆ ਉਹਨਾਂ ਦੇ, ਅਤੇ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਆ, ਬਹੁਤ ਵਧੀਆ ਵਲੌਗ ਬਣਾਉਂਦੇ, ਅਤੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਪੇਂਡੂ ਕਨੇਡੀਅਨ ਤੁਸੀਂ ਸਰਚ ਕਰੋਗੇ ਤਾਂ ਯੂਟਿਊਬ ਦੇ ਟੌਪ 'ਤੇ ਆਜੂਗਾ ਉੱਤੇ। ਅਤੇ ਹੁਣ ਆਪਾਂ ਗੱਲ ਕਰੀਏ ਆਪਣੀ ਟ੍ਰਿਪ ਦੀ, ਟ੍ਰਿਪ ਆਪਣਾ ਖਤਮ ਹੋ ਜਾਣਾ ਜੀ ਅੱਜ ਰਾਤ ਨੂੰ, ਅਤੇ ਬਸ ਥੋੜ੍ਹੇ ਟਾਈਮ ਦੀ ਵੇਟ ਕਰ ਰਿਹਾ ਮੈਂ ਆਪਣਾ ਜਿਹੜਾ ਬਾਰਡਰ ਆ, ਬਾਰਡਰ ਕਲੀਅਰ ਹੋਣ ਦੀ, ਬਾਰਡਰ ਕਲੀਅਰ ਹੋਜੂਗਾ ਅਤੇ ਆਪਾਂ ਜਾਵਾਂਗੇ ਆਪਣੇ ਕੈਨੇਡਾ, ਅਤੇ ਕੈਨੇਡਾ ਦੇ ਵਿੱਚ ਜਾ ਕੇ ਆਪਾਂ ਆਪਣੇ ਯਾਰਡ ਦੇ ਵਿੱਚ ਇਹਨੂੰ ਟ੍ਰੇਲਰ ਨੂੰ ਲਾ ਦਾਂਗੇ ਅਤੇ ਆਪਣੇ ਘਰੇ ਚਲੇ ਜਾਵਾਂਗੇ। ਆਪਾਂ ਦੱਸਿਆ ਕਿ ਆਪਾਂ ਛੇਤੀ ਚਲੇ ਜਾਣਾ, ਬਸ ਅੱਜ ਆਪਾਂ ਘਰ ਨਹਾ ਧੋ ਕੇ ਬਰੱਸ਼ ਬਰੁਸ਼ ਕਰਕੇ ਅਤੇ ਟਾਇਰ ਟੂਰ ਚੈੱਕ ਕਰ ਲਈਦੇ ਹੁੰਦੇ ਆ ਤੁਰੇ ਫਿਰਦਿਆਂ ਨੂੰ ਜਦੋਂ ਆਪਾਂ ਵਿਹਲੇ ਹੋਈਏ। ਦੇਖੋ ਇਹਦੀ ਇਹਨੂੰ ਟਰੈਡ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ, ਟਰੈਡ ਜਿਹੜੀ ਆ ਇਹਦੀ ਡੈਪਥ ਜਿਹੜੀ ਆ ਉਹ ਵੀ ਓਕੇ ਆ ਸਾਰੀ, 1.5 mm ਚਾਹੀਦੀ ਹੁੰਦੀ ਹੈ ਪਿਛਲੇ ਟਾਇਰਾਂ ਦੀ, ਅਤੇ ਓਕੇ ਆ ਸਾਰਾ ਕੁਝ, ਨਵੇਂ ਟਾਇਰ ਆ। ਜੇ ਆਪਾਂ ਨੂੰ ਵਿੰਡਸਰ ਵਾਲੀ ਸਕੇਲ ਓਪਨ ਮਿਲ ਗਈ ਤਾਂ ਵਿੰਡਸਰ ਵਾਲੀ ਸਕੇਲ ਵਾਲੇ ਸਭ ਤੋਂ ਪਹਿਲਾਂ ਚੈੱਕ ਕਰਦੇ ਆ ਟਰੈਕਟਰ ਦੇ ਟਾਇਰ ਅੱਗਿਓਂ, ਅਤੇ ਫਿਰ ਕਰਦੇ ਆ ਟਾਇਰ ਚੈੱਕ, ਅਤੇ ਆਹ ਵੀ ਓਕੇ ਆ, ਅਤੇ ਬ੍ਰੇਕਾਂ ਚੈੱਕ ਕਰਨਗੇ, ਉਹ ਕਹਿੰਦੇ ਆ ਬ੍ਰੇਕਾਂ ਦੱਬ ਕੇ ਇੱਦਾਂ ਹੈ ਨਾ ਦਿਖਾਇਓ ਸਾਨੂੰ, ਅਤੇ ਪਤਾ ਨਹੀਂ ਕਿ ਆਵਾਜ਼ ਵੂਜ਼ ਤੋਂ ਪਛਾਣ ਲੈਂਦੇ ਆ ਬ੍ਰੇਕਾਂ ਕਿੱਦਾਂ ਦਾ ਕਿੱਦਾਂ ਨਹੀਂ ਆ, ਅਤੇ ਤੁਸੀਂ ਆਹ ਟਰੈਡ ਚੈੱਕ ਕਰ ਸਕਦੇ ਜੇ ਇਹਦੀ ਟਰੈਡ, ਨਵੇਂ ਟਾਇਰ ਪਵਾਇਆ ਕੋਈ ਚੱਕਰ ਨਹੀਂ, ਜਦੋਂ ਨਵੇਂ ਟਾਇਰ ਦੇਖ ਲੈਂਦੇ ਆ ਸਕੇਲ ਵਾਲੇ ਉਦੋਂ ਨਹੀਂ ਰੋਕਦੇ, ਉਦੋਂ ਕਹਿੰਦੇ ਜਾਓ ਦੋਸਤੋ ਭੱਜੋ। ਹੁਣ ਸਾਰੀਆਂ ਪਾਰਕਿੰਗਾਂ ਵਿਹਲੀਆਂ ਹੋ ਗਈਆਂ ਇੱਥੇ, ਆਪਣੀ ਕਿਸਮਤ ਚੰਗੀ ਰਹੀ ਜਿੱਥੇ ਜਿੱਥੇ ਆਪਾਂ ਪਾਰਕ ਕੀਤਾ ਰਾਤ ਨੂੰ ਆ ਕੇ ਸਾਰੀਆਂ ਪਾਰਕਿੰਗਾਂ ਫ੍ਰੀ ਮਿਲੀਆਂ, ਕਿਉਂਕਿ ਜਨਤਾ ਜ਼ਿਆਦੀ ਨਾ ਰੈਂਪ 'ਤੇ ਲਾ ਲੈਂਦੀ ਆ ਬਾਹਰ ਹੀ ਰੋਡ ਦੇ ਉੱਤੇ, ਅਤੇ ਆਪਾਂ ਜਿਹੜਾ ਵਾ ਅੰਦਰ ਜਾ ਕੇ ਵੇਖ ਲਈਦਾ ਪਾਰਕਿੰਗ ਆਪਾਂ ਨੂੰ
ਫ੍ਰੀ ਮਿਲੀਆਂ ਸਾਰੇ ਪਾਸੇ ਖਾਲੀ ਮਿਲੀਆਂ ਅੱਜ ਵੀ ਸਾਨੂੰ ਖਾਲੀ ਮਿਲੀ ਸੀ ਪਾਰਕਿੰਗ ਆ ਜਿਹੜੀ ਅਤੇ ਹੁਣ ਸਾਰੇ ਚਲੇ ਗਏ ਕੰਮਾਂ ਕਾਰਾਂ ਨੂੰ ਨਿਕਲ ਗਏ ਆ ਅਤੇ ਵੀਕਐਂਡ ਆ ਰਿਹਾ ਅੱਜ ਫਰਾਈਡੇ ਆ ਅਤੇ ਸੈਟਰਡੇ ਸੰਡੇ ਟਰੱਕ ਜਿਹੜੇ ਇਕੱਲੇ ਇਕੱਲੇ ਓਨਰ ਓਪਰੇਟਰ ਵਾ ਨਾ ਉਹ ਟਰੱਕ ਇੱਥੇ ਲਾ ਦਿੰਦੇ ਆ ਪਾਰਕਿੰਗਾਂ ਖਰੀਦੀਆਂ ਹੁੰਦੀਆਂ ਉਹਨਾਂ ਨੇ ਉਹ ਸਾਹਮਣੇ ਵਾਲੀਆਂ ਪਾਰਕਿੰਗਾਂ ਰਿਜ਼ਰਵ ਪਾਰਕਿੰਗ ਆ ਉੱਥੇ ਰਿਜ਼ਰਵ ਲਿਖਿਆ ਹੋਇਆ ਸੋ ਖਰੀਦੀਆਂ ਹੁੰਦੀਆਂ ਕੋਈ ਮੰਥਲੀ ਚਾਰਜਸ ਹੁੰਦੇ ਆ ਵੀਕਲੀ ਚਾਰਜਸ ਹੁੰਦੇ ਆ ਅਤੇ ਆਵੇ ਟ੍ਰੇਲਰ ਡਰੋਪ ਕਰਕੇ ਚੱਲ ਗਏ ਫਲੈਟ ਬੈੱਡ ਅਤੇ ਆਹ ਵੀ ਟ੍ਰੇਲਰ ਡਰੋਪ ਹੋਏ ਪਏ ਆ ਸਾਰੇ ਸੋ ਇੱਦਾਂ ਹੁੰਦਾ ਸਾਰਾ ਕੁਝ ਖਰੀਦੀਆਂ ਹੁੰਦੀਆਂ ਪਾਰਕਿੰਗ ਇੱਥੇ ਮੰਥਲੀ ਪੈਸੇ ਜਾਂ ਵੀਕਲੀ ਪੈਸੇ ਪੇ ਕਰਦੇ ਆ ਲੋਕ ਅਤੇ ਦੋਸਤੋ ਆਪਾਂ ਕਰਦੇ ਹਾਂ ਗੱਲ ਤੁਹਾਡੇ ਨਾਲ ਚੱਲਦੇ ਚੱਲਦੇ ਰੋਡ ਦੇ ਉੱਤੇ ਅਤੇ ਆਪਾਂ ਆਪਣਾ ਤਿਆਰੀ ਕਰ ਲਈਏ ਤੁਰਨ ਦੀ ਲੋਗ ਬੁੱਕ ਭਰ ਲਈਏ ਸਾਰਾ ਕੁਝ ਕਰ ਲਈਏ ਭਰ ਨਹੀਂ ਲਈਏ ਚਲਾ ਲਈਏ ਇਲੈਕਟ੍ਰੋਨਿਕ ਲੋਗ ਬੁੱਕ ਟੈਬਲੇਟ ਦੇ ਵਿੱਚ ਦੋਸਤੋ ਆਪਾਂ ਕਰਕੇ ਬਾਰਡਰ ਕਲੀਅਰ ਪਾਇਲਟ ਸਟਾਪ ਤੋਂ ਆਪਾਂ ਕਢਾ ਲਈ ਆਪਣੀ ਇਸ ਮੈਨੀਫੈਸਟ ਫੋਰ ਕੈਨੇਡਾ ਅਤੇ ਹੁਣ ਆਪਾਂ ਉਹ ਸਾਹਮਣੇ ਆਪਣਾ ਲੱਗਾ ਜੀ ਟਰੱਕ ਟਰੱਕ 'ਚ ਬੈਠ ਕੇ ਹੁਣ ਆਪਾਂ ਜਾਵਾਂਗੇ ਆਪਣੇ ਕੈਨੇਡਾ ਬਾਰਡਰ 'ਤੇ ਥੋੜ੍ਹਾ ਰਸਤਾ ਇੱਥੋਂ ਬਸ ਕੈਨੇਡਾ ਬਾਰਡਰ 'ਤੇ ਪਹੁੰਚ ਗਏ ਅਤੇ ਆਹ ਪੇਪਰ ਦੇਵਾਂਗੇ ਉਹਨਾਂ ਨੂੰ ਚੈੱਕ ਕਰਨਗੇ ਅਤੇ ਭੇਜ ਦੇਣਗੇ ਆਪਾਂ ਨੂੰ ਕੈਨੇਡਾ ਵਾਲੀ ਸਾਈਡ 'ਤੇ ਸੋ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਦੂਸਰੇ ਵਤਨ ਕੈਨੇਡਾ ਦੇ ਵਿੱਚ ਹਾਂਜੀ ਦੋਸਤੋ ਵੀ ਜਿੱਦਾਂ ਕਿ ਆਪਣੇ ਗਰਮੀ ਬਹੁਤ ਜ਼ਿਆਦਾ ਆ 28 ਡਿਗਰੀ ਟੈਂਪਰੇਚਰ ਹੋਇਆ ਪਿਆ ਸਵੇਰੇ 13 ਡਿਗਰੀ ਸੀਗਾ ਹੁਣ 28 ਡਿਗਰੀ ਹੋ ਗਿਆ ਅਤੇ ਗੱਲ ਇੱਦਾਂ ਕਿ ਆਪਾਂ ਇੱਥੇ ਕਰਨਾ ਡਿਲੀਵਰ ਲੋਡ ਨੂੰ ਠੀਕ ਆ ਅਤੇ ਆਪਣਾ ਉਹ ਟਰੱਕ ਲੱਗਾ ਹੋਇਆ ਇੱਥੇ ਅਤੇ ਉਹ ਟਰੱਕ ਨਿਕਲੂਗਾ ਉਹਦੀ ਜਗ੍ਹਾ 'ਤੇ ਆਪਾਂ ਲਾਵਾਂਗੇ ਡਿਲੀਵਰ ਕਰਕੇ ਇੱਥੇ ਪਿੱਕ ਕਰਕੇ ਆਪਾਂ ਜਾਣਾ ਵਾ ਅਤੇ ਆਪਾਂ ਹੈਗੇ ਹਾਂ ਵਿੰਡਸਰ ਲਮਿੰਗਟਨ ਪਤਾ ਹੋਊਗਾ ਸਾਰਿਆਂ ਨੂੰ ਲਮਿੰਗਟਨ ਦਾ ਅਤੇ ਵਿੰਡਸਰ ਦਾ ਜਿਹੜੇ ਜਾਂਦੇ ਆ ਉਹ ਟਰੱਕ ਨਿਕਲਿਆ ਆ ਸ਼ੀਸ਼ੇ ਦੇਖ ਰਿਹਾ ਨਿਕਲ ਗਿਆ ਟਰੱਕ ਦੋਸਤੋ ਉਹਦੀ ਜਗ੍ਹਾ 'ਤੇ ਆਪਾਂ ਲਾ ਲੈਣਾ ਆਪਣੇ ਵਾਲਾ ਟਰੱਕ ਅਤੇ ਆਪਾਂ ਉੱਥੋਂ ਡਿਲੀਵਰ ਕਰਕੇ ਲੋਡ ਕਰਕੇ ਇੱਥੋਂ ਨਿਕਲ ਜਾਣਾ ਵਾਪਸ ਆਪਣੇ ਟੋਰੋਂਟੋ ਨੂੰ ਲਓ ਵੀ ਦੋਸਤੋ ਉਹ ਹੈਗੀ ਜੀ ਗ੍ਰੀਨ ਲਾਈਟ ਆਪਾਂ ਡੌਕ 'ਤੇ ਲੱਗ ਗਿਆ ਜੀ ਟ੍ਰੇਲਰ ਟਰੱਕ ਟ੍ਰੇਲਰ ਅਤੇ ਜਲਦੀ ਤੋਂ ਜਲਦੀ ਲੋਡ ਕਰਨਗੇ ਸਾਨੂੰ ਤਾਂ ਫਾਇਦਾ ਅਤੇ ਆਪਾਂ ਨਿਕਲਾਂਗੇ ਫਿਰ ਇੱਥੋਂ ਕਿਉਂਕਿ ਆਪਣੀ ਬੁੱਕ ਜਿਹੜੀ ਪਈ ਹੋਈ ਆ ਔਫ ਡਿਊਟੀ ਦੇ ਵਿੱਚ ਅਤੇ ਤਕਰੀਬਨ ਆਪਣੇ ਪਈ ਆ 11 ਘੰਟੇ 38 ਮਿੰਟ ਠੀਕ ਆ ਦੋਸਤੋ 11 ਘੰਟੇ 38 ਮਿੰਟ ਆਪਣੇ ਹੈਗੇ ਆ ਆਪਣੇ ਕੋਲ ਅਤੇ ਆਪਾਂ ਉਹਦੇ ਵਿੱਚ ਇੱਥੇ ਉਹ ਰੈੱਡ ਲਾਈਟ ਵੀ ਹੋ ਗਈ ਗੱਲ ਕਰਦੇ ਇਹਦਾ ਮਤਲਬ ਇਹ ਆ ਕਿ ਜਿਹੜਾ ਵੀ ਸਮਾਨ ਲੱਦਿਆ ਟਰੱਕ 'ਚ ਲਾ ਕੇ ਅਤੇ ਦੂਜਾ ਸਮਾਨ ਨਾਲ ਹੀ ਲੱਦ ਦੇਣਗੇ ਸੋ ਆਪਾਂ ਜਲਦੀ ਤੋਂ ਜਲਦੀ ਇੱਥੋਂ ਜਾਣ ਵਾਲੇ ਹੋਵਾਂਗੇ 2:30 ਹੋ ਗਏ ਜੇ ਆਪਾਂ 4 ਵਜੇ ਤੱਕ ਵੀ ਆਈਡੀਆ ਲਾ ਕੇ ਚੱਲੀਏ ਵੱਧ ਤੋਂ ਵੱਧ ਜੇ ਆਪਾਂ 4 ਵਜੇ ਤੱਕ ਫ੍ਰੀ ਹੁੰਦੇ ਹਾਂ ਹੈ ਨਾ ਇੱਥੋਂ 3:30 ਘੰਟੇ ਦੀ ਡਰਾਈਵ ਆ ਜਾੜ ਦੀ ਮਤਲਬ ਕਿ 7:30 ਆਪਾਂ ਆਪਣੇ ਪਿੰਡ ਪਹੁੰਚ ਜਾਣਾ ਦੋਸਤੋ 7:30 ਵਜੇ ਆਪਾਂ ਆਪਣੇ ਪਿੰਡ ਪਹੁੰਚ ਜਾਗੇ ਅਤੇ ਚਿੱਲ ਕਰਾਂਗੇ ਜਾ ਕੇ ਅੱਜ ਹੈਗਾ ਫਰਾਈਡੇ ਕੱਲ੍ਹ ਹੈਗਾ ਸੈਟਰਡੇ ਸੰਡੇ ਨੂੰ ਨਿਕਲਾਂਗੇ ਕੰਮ 'ਤੇ ਅਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਪਹਿਲਾਂ ਹੀ ਖਤਮ ਹੋਣ ਤੋਂ ਪਹਿਲਾਂ ਹੀ ਅਤੇ ਉਹ ਲੱਗ ਪਏ ਕਰਨਾ ਨਾ ਲੋਡ ਅਤੇ ਫਿਰ ਲੋਡ ਕਰਨਗੇ ਅਤੇ ਆਪਾਂ ਟਾਈਮ ਨਾਲ ਇੱਥੋਂ ਨਿਕਲਣ ਵਾਲੇ ਬਣਾਂਗੇ ਅਤੇ ਮੈਂ ਕਹਿ ਰਿਹਾ ਸੀਗਾ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹ ਹੁੰਦਾ ਜੀ ਸ਼ੰਟ ਟਰੱਕ ਜਿਨ੍ਹਾਂ ਨੂੰ ਮੈਂ ਪੁਰਾਣੀ ਵੀਡੀਓ ਦੇ ਵਿੱਚ ਇੱਕ ਸ਼ੰਟ ਟਰੱਕ ਦੇ ਮੈਂ ਵੀਡੀਓ ਬਣਾਈ ਸੀਗੀ ਪਰ ਉਹਦੇ 'ਚ ਟਰੱਕ ਨਹੀਂ ਦਿਖਾਇਆ ਸੀਗਾ ਇਹਨੂੰ ਕਹਿੰਦੇ ਆ ਸ਼ੰਟ ਟਰੱਕ ਇੱਕ ਇੱਧਰਲੇ ਪਾਸੇ ਲੱਗਾ ਹੋਇਆ ਠੀਕ ਆ ਇਹਨੂੰ ਵੀ ਕਹਿੰਦੇ ਆ ਸ਼ੰਟ ਟਰੱਕ ਇਹ ਥੱਲਿਓਂ ਦੇਖੋ ਕਿੱਦਾਂ ਚੱਕ ਦਿੰਦਾ ਟ੍ਰੇਲਰ ਨੂੰ ਉਹ ਲੈਂਡਿੰਗ ਗੇਅਰ ਨਹੀਂ ਚੱਕਦੇ ਉਹਦੇ ਨਾਲ ਤਾਂ ਨੂੰ ਚੱਕ ਦਿੰਦੇ ਆ ਸ਼ੰਟ ਟਰੱਕ ਇਹ ਹੁੰਦੇ ਆ ਜੀ ਸ਼ੰਟ ਟਰੱਕ ਆਪਣੇ ਛੇਤੀ ਘੁੰਮ ਜਾਂਦੇ ਜਿੱਧਰ ਨੂੰ ਮਰਜ਼ੀ ਗਈ ਜਿੱਧਰ ਨੂੰ ਮਰਜ਼ੀ ਘੁੰਮਾਈ ਚੱਲੋ ਦੋਸਤੋ ਅਤੇ ਆਹ ਆਪਣੇ ਵਾਲੇ ਆਹ ਡੇ ਕੈਬ ਆ ਇਹਦੇ ਵਿੱਚ ਬੰਕ ਨਹੀਂ ਹੈਗਾ ਇਹ ਸਿਟੀ 'ਚ ਚੱਲਦੇ ਲੋਕਲ ਅਤੇ ਜਿਹੜਾ ਉਹ ਸਾਹਮਣੇ ਲੱਗਾ ਅਤੇ ਇੱਕ ਜਿਹੜਾ ਆਪਣੇ ਵਾਲਾ ਟਰੱਕ ਆ ਇਹਦੇ ਵਿੱਚ ਬੈੱਡ ਲੱਗੇ ਹੋਏ ਆ ਆਪਾਂ ਬੈੱਡ ਦੇ ਵਿੱਚ ਸੌਂ ਸਕਦੇ ਹਾਂ ਅਤੇ ਉਹ ਸਾਹਮਣੇ ਹੈਗਾ ਜੀ ਸ਼ੰਟ ਟਰੱਕ ਦੇਖੋ ਕਿੱਦਾਂ ਘੁੰਮਾਈ ਜਾਂਦਾ ਕੀ ਕਰਕੇ ਜਿਹੜਾ ਵਾਈ ਸਿਟੀ ਵਾਲੀ ਨਹੀਂ ਹੁੰਦੀ ਗੱਡੀ ਉੱਦਾਂ ਚੱਕ ਇੱਦਾਂ ਹੀ ਬੈਕਾਂ ਲਾਉਂਦੇ ਰਹਿੰਦੇ ਸਾਰਾ ਸਾਰਾ ਦਿਨ ਇਹ ਸ਼ੰਟਰ ਸੋ ਟੈਂਪਰੇਚਰ ਹੈਗਾ 27 ਡਿਗਰੀ ਸੈਲਸੀਅਸ ਹਾਂਜੀ ਵੀ ਦੋਸਤੋ ਆਪਾਂ ਚੱਕ ਲਿਆ ਲੋਡ ਸੋਰੀ ਗਾਇਜ਼ ਆਪਾਂ ਲੋਡ ਦੀ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਯਾਰ ਇੱਕ ਚੱਕਰ ਪੈ ਗਿਆ ਸੀਗਾ ਆਪਣੇ ਵਾਲੇ ਚੱਕਰ ਇਹ ਸੀਗਾ ਕਿ ਆਪਣਾ ਜਿਹੜਾ ਟ੍ਰੇਲਰ ਦਾ ਡੋਰ ਆ ਉਹ ਫਿਰ ਆਪਾਂ ਜਦੋਂ ਖੋਲ੍ਹਿਆ ਪਿਕਅਪ ਕਰਨ ਲਈ ਹੈ ਨਾ ਬੰਦ ਕਰਨਾ ਸੀਗਾ ਉਹ ਫਿਰ ਔਖਾ ਹੋ ਗਿਆ ਇੱਕ ਬਸ ਆਪਾਂ ਨੂੰ ਕਰਵ 'ਤੇ ਚਾੜਨਾ ਪੈਣਾ ਸੀਗਾ ਟ੍ਰੇਲਰ ਇੱਕ ਟਾਇਰ ਉਹਦਾ ਮੈਂ ਜਿੱਥੇ ਲਾਸਟ ਟਾਈਮ ਬੰਦ ਕੀਤਾ ਟਾਇਰ ਉਹਦਾ ਡੋਰ ਜਿਹੜਾ ਉਦੋਂ ਉੱਥੇ ਇੱਕ ਨਾ ਇੱਕ ਪਾਸੇ ਜਿੱਦਾਂ ਪਾਰਕਿੰਗ ਹੁੰਦੀ ਹੈ ਨਾ ਪਾਰਕਿੰਗ 'ਚ ਟਰੱਕ ਲਾਈਦਾ ਵਾ ਅਤੇ ਪਾਰਕਿੰਗ ਦੀ ਬੈਕ ਸਾਈਡ 'ਤੇ ਨਾ ਬੈਕ ਸਾਈਡ 'ਤੇ ਹੁੰਦਾ ਵਾ ਦੂਜਾ
ਕਰਵ ਜੀ ਹੁੰਦੀ ਆ ਬਾਰਡਰ ਹੁੰਦਾ ਜਿੱਦਾਂ ਬਾਰਡਰ ਕਹਿ ਲਈਏ ਹਨਾ ਬਾਰਡਰ ਬਣਿਆ ਹੁੰਦਾ ਹਨਾ ਤੇ ਬਾਰਡਰ ਸੀਗਾ ਤੇ ਉਹ ਟੇਢਾ ਕਰਕੇ ਟ੍ਰੇਲਰ ਡਾਇਰੈਕਟਰ ਨੂੰ ਦੂਸਰੀ ਜਿੱਦਾਂ ਸਿੱਧੀ ਪਾਰਕਿੰਗ ਹੁੰਦੀ ਨਾ ਪਾਰਕਿੰਗ ਸਿੱਧੀ ਨਹੀਂ ਜਿੱਦਾਂ ਕਾਂਡਾ ਜਿਹਾ ਬਣਾ ਦਿੱਤਾ ਹਨਾ ਕਰੋਸ ਸਾਈਨ ਇੱਦਾਂ ਕਰ ਲਿਆ ਉਹਨੂੰ ਤੇ ਫਿਰ ਇੱਕ ਸਾਈਡ ਜਿਹੜੀ ਚਾੜ ਕੇ ਨਾ ਉਹਦੀ ਕਰਵ ਦੇ ਉੱਤੇ ਬਾਰਡਰ ਦੇ ਉੱਤੇ ਤੇ ਫਿਰ ਡੋਰ ਬੰਦ ਕਰਨ ਲੱਗਾ ਕੋਰਨਰ ਦੇ ਲਾਗੇ ਥੱਲੇ ਡੰਡਾ ਅੜਾ ਕੇ ਥੋੜ੍ਹੀ ਜਿਹੀ ਉੱਥੇ ਲੱਕੜੀ ਸੀ ਪਈ ਉਹਦੇ ਨਾਲ ਬੰਦ ਕੀਤਾ ਸੀਗਾ ਤੇ ਇੱਥੇ ਵੀ ਇਹੀ ਚੱਕਰ ਪੈ ਗਿਆ ਇੱਥੇ ਤਾਂ ਸਰਫੇਸ ਜਿਹੜੀ ਸੀਗੀ ਉਹ ਪਲੇਨ ਸੀਗੀ ਅਤੇ ਚੱਕਰ ਇਹ ਸੀਗਾ ਕਿ ਉਹ ਬੰਦ ਨਾ ਹੋਵੇ ਬੰਦ ਨਾ ਲੱਕੜ ਅੜਾ ਕੇ ਵੇਖੀ ਲੱਕੜ ਦਾ ਆਪਣਾ ਗੱਲ ਬਣੇ ਅਤੇ ਫਿਰ ਗੋਰਾ ਆਇਆ ਇੱਕ ਉਹ ਮੈਨੂੰ ਕਹਿੰਦਾ ਉਹ ਦੂਰੋਂ ਬੁਲਾਈ ਜਾਵੇ ਮੈਂ ਕਿਹਾ ਪਤਾ ਨਹੀਂ ਗਾਲਾਂ ਕੱਢਦਾ ਲੱਗਦਾ ਗਾਲਾਂ ਕੱਢੀ ਜਾਂਦਾ ਲੱਗਦਾ ਕਿ ਮੂਵ ਨਹੀਂ ਕਰਦਾ ਮੈਨੂੰ ਲੱਗਾ ਇਹ ਕਰਦਾ ਪਰ ਬਾਅਦ ਵਿੱਚ ਮੈਨੂੰ ਉਹ ਲੱਗ ਗਿਆ ਆ ਅਤੇ ਕਹਿੰਦਾ ਵਾਟ ਯੂ ਡੂਇੰਗ ਬੱਡੀ ਅਤੇ ਮੈਂ ਜਵਾਬ ਦਿੱਤਾ ਹੈ ਨਾ ਉਹਨੂੰ ਅਤੇ ਕਹਿੰਦਾ ਉਹ ਕਹਿੰਦਾ ਫਿਰ ਇੱਦਾਂ ਕਰ ਇੱਕ ਸਾਈਡ ਜਿਹੜੀ ਤਾਂ ਉਹਨੂੰ ਚੱਕ ਲਾ ਇੱਦਾਂ ਜਿੱਦਾਂ ਮੈਂ ਲਾਸਟ ਟਾਈਮ ਕੀਤਾ ਜਿੱਦਾਂ ਮੈਂ ਕੀਤਾ ਸੀਗਾ ਬਾਰਡਰ 'ਤੇ ਚਾੜ ਕੇ ਮੈਂ ਕਿਹਾ ਇੱਥੇ ਕੁਝ ਨਹੀਂ ਹੈਗਾ ਇੱਦਾਂ ਦਾ ਕਿ ਉਹਨੇ ਇਸ਼ਾਰਾ ਕੀਤਾ ਕਹਿੰਦਾ ਉਹ ਉੱਧਰ ਲੈ ਜਾ ਦੂਜੀ ਸਾਈਡ 'ਤੇ ਓਪੋਜ਼ਿਟ ਸਾਈਡ 'ਤੇ ਉੱਥੇ ਹੈਗਾ ਸੀਗਾ ਇੱਕ ਪਾਸੇ ਉੱਚਾ ਸੀਗਾ ਇੱਕ ਪਾਸੇ ਨੀਵਾਂ ਥਾਂ ਇਹ ਰੈਂਪ ਜਿਹਾ ਸੀ ਟਾਈਪ ਫਿਰ ਉਹ ਸਕੀਮ ਕੰਮ ਆਈ ਫਿਰ ਮੈਂ ਟ੍ਰੇਲਰ ਉੱਧਰ ਲੈ ਕੇ ਗਿਆ ਰਾਈਟ ਹੈਂਡ ਸਾਈਡ ਦਾ ਡੋਰ ਨਹੀਂ ਬੰਦ ਹੁੰਦਾ ਸੀਗਾ ਨਾ ਰਾਈਟ ਹੈਂਡ ਸਾਈਡ ਵਾਲਾ ਮੈਂ ਉੱਚੀ ਜਗ੍ਹਾ 'ਤੇ ਰੱਖਦਾ ਹੈ ਨਾ ਸਾਈਡ ਨੂੰ ਜਿੱਥੇ ਡੋਰ ਸੀ ਨਾ ਪਿਛਲੇ ਟਾਇਰ ਜਿਹੜੇ ਆ ਨਾ ਮੈਂ ਉੱਚੀ ਜਗ੍ਹਾ 'ਤੇ ਚਾੜ੍ਹਤੇ ਰਾਈਟ ਸਾਈਡ ਵਾਲੇ ਸੋ ਉਹ ਸਕੀਮ ਕੰਮ ਕਰ ਗਈ ਅਤੇ ਫਿਰ ਡੋਰ ਬੰਦ ਹੋ ਗਿਆ ਅਤੇ ਸ਼ੁਕਰ ਆ ਗੋਰੇ ਦਾ ਯਾਰ ਬਹੁਤ ਚੰਗੇ ਬੰਦੇ ਵੀ ਮਿਲ ਜਾਂਦੇ ਆ ਅਤੇ ਬਹੁਤ ਗੰਦੇ ਬੰਦੇ ਵੀ ਮਿਲਦੇ ਆ ਟ੍ਰਿਪ ਦੇ ਉੱਤੇ ਅੱਜ ਆਪਣਾ ਛੇਵਾਂ ਦੇਣਾ ਮੈਂ ਫੈਡ ਅਪ ਸੀਗਾ ਪੂਰਾ ਅੱਕ ਗਿਆ ਸੀਗਾ ਪੂਰਾ ਜਿਹਨੂੰ ਕਹਿੰਦੇ ਅੱਕ ਗਿਆ ਕਿਉਂਕਿ ਇੱਕ ਵਾਰ ਮੈਂ ਉੱਥੇ ਫਲੋਰੀਡਾ ਡੋਰ ਬੰਦ ਕਰਨ ਦੀ ਟਰਾਈ ਕੀਤੀ ਮੈਨੂੰ ਪਸੀਨੋ ਪਸੀਨੀ 45 degrees ਟੈਂਪਰੇਚਰ ਹੋਇਆ ਪਿਆ ਉੱਥੇ ਅਤੇ ਉੱਥੇ ਤੱਕ ਨਾ ਕੀਤੇ ਬੰਦ ਅਤੇ ਇੱਥੇ ਮੇਰਾ ਛੇਵਾਂ ਦਿਨ ਸੀਗਾ ਅੱਜ ਮੈਂ ਅੱਜ ਜਾੜ ਜਾ ਰਿਹਾ 6 o'clock ਆ ਦੋਵਾਂ ਘੰਟਿਆਂ 'ਚ ਮੈਂ ਜਾੜ ਪਹੁੰਚ ਜਾਣਾ ਮੈਂ ਵਲੋਗ ਦੇ ਵਿੱਚ ਜ਼ਿਕਰ ਕੀਤਾ ਸੀਗਾ ਨਾ ਕਿ 4 o'clock ਨਾਲ ਤੁਰਾਂਗੇ ਅਤੇ ਆਪਾਂ 8 o'clock ਨਾਲ 7-8 o'clock ਨਾਲ ਪਹੁੰਚ ਸਕਾਂਗੇ ਹੈ ਨਾ ਉਹੀ ਚੱਕਰ ਪਿਆ ਪੂਰੇ 4 o'clock ਤੋਂ 10 minutes ਪਹਿਲਾਂ ਆਪਾਂ ਫ੍ਰੀ ਹੋ ਗਏ ਸੀਗੇ ਅਤੇ ਫਿਰ ਆਪਾਂ ਟਾਈਮ ਨਾਲ ਤੁਰ ਪਏ ਅਤੇ ਹੁਣ ਆਪਾਂ ਪੂਰੇ 8 o'clock ਜਾੜ ਦੇ ਵਿੱਚ ਪਹੁੰਚਦੇ ਹਾਂ 8 o'clock ਜਾੜ ਪਹੁੰਚੇ ਟਰੱਕ ਪਾਰਕ ਕਰਤਾ ਸਾਰਾ ਕੁਝ ਕਰਤਾ ਗੱਡੀ ਸਟਾਰਟ ਕਰਕੇ ਗੱਡੀ ਗਰਮ ਕਰਾਂਗੇ ਥੋੜ੍ਹੀ ਜਿਹੀ 8:30-9 o'clock ਆਪਾਂ ਘਰ ਪਹੁੰਚ ਜਾਂਗੇ ਆਪਣੇ ਅਤੇ ਕੱਲ੍ਹ ਦੀ ਆਪਣੀ ਹੈਗੀ ਆ ਜੀ ਛੁੱਟੀ ਕੱਲ੍ਹ ਸੈਟਰਡੇ ਆ ਅਤੇ ਕੱਲ੍ਹ ਕਰਾਂਗੇ ਆਪਾਂ ਚਿੱਲ ਹੁਣ ਜਿਹੜਾ ਲੋਡ ਚੱਕਿਆ ਨਾ ਇਹ ਲੋਡ ਦੇ ਵਿੱਚ ਹੈਗੇ ਵੈਜੀਟੇਬਲਸ ਟਮਾਟੋ ਆ ਗ੍ਰੀਨ ਪੈਪਰ ਆ ਅਤੇ ਨਾਲ ਪਤਾ ਨਹੀਂ ਕੀ ਸੀਗਾ ਔਰ ਮੈਂ ਚੈੱਕ ਨਹੀਂ ਕੀਤਾ ਚੰਗੀ ਤਰ੍ਹਾਂ ਇਨਵੋਇਸ 15-20 pages ਦੇ ਦਿੱਤੇ ਉਹਨਾਂ ਨੇ ਅਤੇ ਚੈੱਕ ਨਹੀਂ ਕੀਤੇ ਮੈਂ ਧਿਆਨ ਨਾਲ ਬਟ ਇੰਨਾ ਪਤਾ ਕਿ ਵੈਜੀਟੇਬਲਸ ਆ ਅਤੇ ਆਪਣਾ ਜਿਹੜਾ ਟੈਂਪਰੇਚਰ ਲੱਗਾ ਹੋਇਆ ਰੀਫਰ ਕਈਆਂ ਦਾ ਸਵਾਲ ਇਹ ਵੀ ਹੁੰਦਾ ਕਿ ਜਿੱਦਾਂ ਫਰੂਟ ਕਿੱਦਾਂ ਇੰਨੇ ਦਿਨਾਂ ਵਾਸਤੇ ਸਹੀ ਰਹਿ ਜਾਂਦੇ ਆ ਸਹੀ ਦੋਸਤ ਇੱਦਾਂ ਰਹਿੰਦੇ ਆਪਣਾ ਰੀਫਰ ਆਪਣੇ ਫਰਿੱਜ ਲੱਗੀ ਹੋਈ ਹੈ ਵਿੱਚ ਇੱਕ ਹਿਸਾਬ ਦੀ ਫਰਿੱਜ ਕਹਿ ਸਕਦੇ ਆਪਾਂ ਆਪਣੇ ਬੋਕਸ ਦੇ ਵਿੱਚ ਟ੍ਰੇਲਰ ਦੇ ਵਿੱਚ ਫਰਿੱਜ ਲੱਗੀ ਆ ਅਤੇ ਆਪਾਂ 50 degrees ਫੈਰਨਹੀਟ 'ਤੇ ਸਿਲੈਕਟ ਕਰ ਲਿਆ ਜੀ ਉਹਨੂੰ 50 degrees ਫੈਰਨਹੀਟ ਦੇ ਉੱਤੇ ਸਿਲੈਕਟ ਕਰ ਲਿਆ ਆਪਾਂ ਉਹਨੂੰ ਅਤੇ ਉਹ ਕੰਟੀਨਿਊਸਲੀ ਚੱਲਦਾ ਪਿਆ ਵਾ ਉਹ ਬੰਦ ਨਹੀਂ ਹੋਣਾ ਤੇਲ ਭਰਾਈ ਜਾਣਾ ਉਹ ਚੱਲਦਾ ਵਾ ਟੈਂਕ ਜਿਹੜਾ ਨਾ ਡੀਜ਼ਲ 'ਤੇ ਚੱਲਦਾ ਠੀਕ ਆ ਜਿੱਦਾਂ ਟਰੱਕ ਦੇ ਵਿੱਚ ਡੀਜ਼ਲ ਪਵਾਈਦਾ ਇੱਦਾਂ ਉਹਦੇ ਵਿੱਚ ਵੀ ਡੀਜ਼ਲ ਪਵਾਈਦਾ ਉਹ ਡੀਜ਼ਲ 'ਤੇ ਚੱਲਦਾ ਸੋ ਇੱਦਾਂ ਚੱਲਦਾ ਰਹਿਣਾ ਉਹਨੇ ਅਤੇ ਆਪਾਂ ਬੰਦ ਨਹੀਂ ਕਰਨਾ ਉਹਨੂੰ ਅਤੇ ਚੱਲਦਾ ਰਹਿਣ ਦੇਣਾ ਅਤੇ ਆਪਾਂ ਫੋਟੋ ਖਿੱਚ ਕੇ ਇੱਕ ਲੋਡ ਆਪਣਾ ਪਿੱਛੇ ਸੇਵ ਕੀਤਾ ਹੋਇਆ ਆਪਾਂ ਸਟਰੈਪ ਲਾ ਦੇ ਦੀ ਆ ਲੋਡ ਬਾਰ ਲਾਈ ਸੀਗੀ ਅੱਜ ਸਟਰੈਪ ਹੈ ਨਹੀਂ ਸੀਗੀ ਲੋਡ ਬਾਰ ਦਾ ਆਪਾਂ ਉਹਨੂੰ ਕਰਤਾ ਸਿਕਿਓਰ ਅਤੇ ਫੋਟੋ ਭੇਜਤੀ ਕੰਪਨੀ ਨੂੰ ਰੀਫਰ ਦੇ ਵਿੱਚ ਇੱਕ ਚੀਜ਼ ਜ਼ਰੂਰ ਐਡ ਕਰਨੀ ਪੈਂਦੀ ਆ ਜਿੱਦਾਂ ਆਪਾਂ ਡਰਾਈਵ ਵੈਨ ਦਾ ਲੋਡ ਲੈ ਕੇ ਚੱਲੇ ਹੈ ਨਾ ਡਰਾਈਵ ਵੈਨ ਦਾ ਇੱਦਾਂ ਵਾ ਕਿ ਡਰਾਈਵ ਦਾ ਮਤਲਬ ਜਿੱਥੇ ਫਰਿੱਜ ਨਹੀਂ ਲੱਗੀ ਹੁੰਦੀ ਅਤੇ ਇਕੱਲਾ ਆਪਾਂ ਲੋਡ ਸਿਕਿਓਰ ਕਰਕੇ ਸਟਰੈਪ ਲਾ ਕੇ ਜਾਂ ਆਪਾਂ ਲਾ ਕੇ ਲੋਡ ਬਾਰ ਲਾ ਕੇ ਹੈ ਨਾ ਪਿੱਛੇ ਲੋਡ ਦੇ ਵਿੱਚ ਤੁਸੀਂ ਇਸ ਜਿਹੜਾ ਲਾਸਟ ਵਲੋਗ ਹੈ ਨਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਮੈਂ ਥੰਬਨੇਲ ਲਾਇਆ ਹੋਇਆ ਹੈ ਨਾ ਫੋਟੋ ਲਾਈ ਹੋਈ ਆ ਮੈਂ ਅਤੇ ਉਹਦੇ ਵਿੱਚ ਫੋਟੋ ਆ ਜਿਹੜੀ ਥੰਬਨੇਲ ਦੇ ਉਹਦੇ ਉੱਤੇ ਟ੍ਰੇਲਰ ਦੇ ਪਿੱਛੇ ਲੋਡ ਲੱਦਿਆ ਹੋਇਆ ਅਤੇ ਉਹਦੇ ਵਿੱਚ ਨਾ ਉਹ ਲੋਡ ਬਾਰ ਲੱਗੀ ਹੋਈ ਆ ਠੀਕ ਆ ਅਤੇ ਉਹ ਲੋਡ ਬਾਰ ਜਿਹੜੀ ਆ ਨਾ ਉਹ ਸਿਕਿਓਰ ਕਰਦੀ ਆ ਉਹਨੂੰ ਠੀਕ ਆ ਲੋਡ ਨੂੰ ਸਿਕਿਓਰ ਕਰਦੀ ਆ ਉਹ ਅਤੇ ਉਹਦੀ ਫੋਟੋ ਖਿੱਚ ਕੇ ਇੱਕ ਟੈਂਪਰੇਚਰ ਦੀ ਫੋਟੋ ਖਿੱਚ ਕੇ ਕੰਪਨੀ ਨੂੰ ਜ਼ਰੂਰ ਭੇਜੋ ਹਮੇਸ਼ਾ ਹਮੇਸ਼ਾ ਭੇਜੋ ਕੰਪਨੀ ਨੂੰ ਅਤੇ ਕੰਪਨੀ ਕੋਲੋਂ ਪੁੱਛੋ ਮੈਂ ਗੋ ਟੂ ਗੋ ਹਾਂ ਮੈਂ ਤੁਰ ਸਕਦਾ ਇੱਥੋਂ ਜੇ ਕੰਪਨੀ ਦੇਖ ਕੇ ਸਾਰਾ ਕੁਝ ਕਹਿ ਦੇ ਗੋ ਤੇਰੀ ਜ਼ਿੰਮੇਵਾਰੀ ਖਤਮ ਆਪਣੀ ਜ਼ਿੰਮੇਵਾਰੀ ਖਤਮ ਜਦੋਂ ਲੋਡ ਧਿਆਨ ਨਾਲ ਸਿਕਿਓਰ ਕਰ ਲਿਆ ਹੈ ਨਾ ਅਤੇ ਟੈਂਪਰੇਚਰ ਲਾ ਤਾ ਫਿਰ ਆਪਣੀ ਸਿਰਦਰਦੀ ਖਤਮ ਡਨ ਆ ਇੱਕ ਵਾਰੀ ਜਾੜ ਚ ਲਾਉਣ ਲੱਗਿਆ ਫੋਟੋ ਵੇਖ ਲਓ ਖਿੱਚ ਲਓ ਫੋਟੋ ਖਿੱਚ ਕੇ ਭੇਜ ਦਿਓ ਓਨਰ ਨੂੰ ਜਿੱਦਾਂ ਵੀ ਅਤੇ ਥੋੜ੍ਹਾ ਮੂਡ ਜਿਹਾ ਅਲੱਗ ਜਿਹੇ ਹਿਸਾਬ ਦਾ ਸੀਗਾ ਇਸ ਵਾਰ ਕਿਉਂਕਿ ਗਿਆ ਨੂੰ ਜ਼ਿਆਦਾ ਟਾਈਮ ਜ਼ਿਆਦਾ ਦਿਨ ਹੋ ਗਏ ਸੀਗੇ ਅਤੇ
एक ब्लॉग भी बनाना सीगा। सो जिन्हां नूं वधिया लगा लाइक शेयर ते कमेंट कर देना। तो अपने वड्डे वीर का एक चैनल आ पेंडू कनेडियन, तो उहदा मैं लिंक जिहड़ा डिस्क्रिप्शन दे विच दित्ता, तुसी डिस्क्रिप्शन ओपन करके विचों वह लिंक सिलेक्ट करके तो उस चैनल दे ब्लॉग जरूर देखो। 50,000 प्लस सबसक्राइबर आ उस चैनल दे, ते बहुत घेंट घेंट ब्लॉग बनते आ उस चैनल दे विच। ते आपां वी उही चैनलों तो देख देख के सीखे आ, ते उह चैनल नूं सबसक्राइब कर लो सारे जणे। मैनूं पता ऑडियंस ज़्यादा तगड़ी नहीं अपने चैनल की, पर फिर भी जिन्ना हो सकता उस चैनल नूं सबसक्राइब कर लो। ते घेंट तो घेंट वीडियोज़ आउंदियां उस चैनल दे विच भी, ट्रक ड्राइविंग ब्लॉग्स ही उहदे विच भी। ते मिलदे आ फिर अगले ब्लॉग दे विच बहुत जल्दी, उदों तक लई धन्नवाद सारिआं दा।